ਤੇਰੇ ਸਾਈ ਦੇ ਦਵਾਰੇ ਤੇਰੇ ਸਾਈ ਦੇ ਦਵਾਰੇ ਤੇਰੇ ਦਾਦਾ ਦੇ ਦਵਾਰੇ ਤੇਰੇ ਦਾਦਾ ਦੇ ਦਵਾਰੇ ਦੇਖ ਨਾਮ ਲਗ ਨੱਚਦੇ ਦੇਖ ਨਾਮ ਲਗ ਨੱਚਦੇ ਦੇਖ ਨਾਮ ਲਗ ਨੱਚਦੇ ਦੇਖ ਨਾਮ ਲਗ ਨੱਚਦੇ ਲਾਡੀ ਸ਼ਾਹ ਦੇ ਦਵਾਰੇ ਲਾਡੀ ਸ਼ਾਹ ਦੇ ਦਵਾਰੇ ਤੇ ਮੇਰੇ ਸਾਈ 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 ਦੇ ਦਵਾਰੇ ਚਰਨਾਂ ਵਿੱਚ ਬੇਨਤੀ ਕਰਦੇ ਹਾਂ ਜਿਹੜੀ ਸੰਗਤ ਪਿੱਛੇ ਖੜੀ ਆ ਪੰਡਾਲ ਦੇ ਵਿੱਚ ਆ ਕੇ ਬੈਠੋ ਤੇ ਪ੍ਰਬੰਧਕ ਕਮੇਟੀ ਦਾ ਕਹਿਣਾ ਸਾਰਿਆਂ ਨੂੰ ਪੰਡਾਲ ਦੇ ਵਿੱਚ ਬੈਠੋ ਜਿਹੜੇ ਸੰਗਤ ਹੋਰ ਪਿੱਛੇ ਖੜੀ ਆ ਜਾਂ ਇੱਧਰ ਉੱਧਰ ਫਿਰਦੀ ਆ ਸਾਰਿਆਂ ਨੂੰ ਬੇਨਤੀ ਆ ਵੀ ਪੰਡਾਲ ਦੇ ਵਿੱਚ ਬੈਠੋ ਜੀ ਸੜਫਦੇ ਵੇਖ ਯਾਰੋ ਬਾਦ ਸਾਈ ਦੀਆਂ ਗੋਰਾਂ ਪਾਣੀ ਢਲ ਗਾਣਾ ਨੂੰ ਆ ਗਏ ਤੇ ਟਿੱਪੈ ਰਹੇ ਗੁਰੂ ਲਾਉਂਦੇ ਕਾਮ ਕ੍ਰੋਧ ਦੀਆਂ ਲਹਿਰਾਂ ਵਿੱਚੋਂ ਸੋਹਣੇ ਸਾਈ ਨੇ ਕੱਢ ਕਾਮ ਕ੍ਰੋਧ ਦੀਆਂ ਲਹਿਰਾਂ ਵਿੱਚੋਂ ਕੰਮ ਕਰੋ ਦੀਆਂ ਲਹਿਰਾਂ ਵਿੱਚੋਂ ਸੋਹਣੇ ਸਾਈ ਨੇ ਕੱਢ ਲਿਆਂਦੇ ਤੋੜਨ ਤੰਦੂਏ ਤੁਹਾਨੂੰ ਲਿਪਟਣ ਕਛੂਏ ਅਸੀਂ ਜਾਂਦੇ ਗੋਤੇ ਖਾਂਦੇ ਉਹ ਸਾਈ ਮੇਰੇ ਨੇ ਚੰਗੀ ਕੀਤੀ ਨਹੀਂ ਤਾਂ ਪਿੱਛੇ ਰੁਲਦੇ ਜਾਂਦੇ ਚੰਗੀ ਕੀਤੀ ਨਹੀਂ ਤਾਂ ਵਿੱਚ ਹੀ ਰੁੜਦੇ ਜਾਂਦੇ ਸਾਡੇ ਨਾਲ ਕੀ ਕਹਿਣਾ
ਸਾਈਂ ਦੇ ਮੰਨਣ ਵਾਲਿਆਂ ਦੀ, ਸਾਈਂ ਦੇ ਮੰਨਣ ਵਾਲਿਆਂ ਦੀ, ਲਾਡੀ ਸ਼ਾਹ ਦੇ ਮੰਨਣ ਵਾਲਿਆਂ ਦੀ, ਲਾਡੀ ਸ਼ਾਹ ਦੇ ਮੰਨਣ ਵਾਲਿਆਂ ਦੀ, ਮੁਰਾਦ ਸ਼ਾਹ ਦੇ ਮੰਨਣ ਵਾਲਿਆਂ ਦੀ, ਮੁਰਾਦ ਸ਼ਾਹ ਦੇ ਮੰਨਣ ਵਾਲਿਆਂ ਦੀ, ਬੇੜੀ ਕਦੇ ਨਾ ਅੜੀ, ਸਾਈਂ ਦੇ ਮੰਨਣ ਵਾਲਿਆਂ ਦੀ, ਬੇੜੀ ਕਦੇ ਨਾ ਅੜੀ, ਸਾਈਂ ਦੇ ਮੰਨਣ ਵਾਲਿਆਂ ਦੀ, ਬੇੜੀ ਕਦੇ ਨਾ ਅੜੀ, ਸਾਈਂ ਦੇ ਮੰਨਣ ਵਾਲਿਆਂ ਦੀ, ਸਾਈਂ ਦੇ ਮੰਨਣ ਵਾਲਿਆਂ ਦੀ, ਬੇੜੀ ਕਦੇ ਨਾ ਅੜੀ, ਸਾਈਂ ਦੇ ਮੰਨਣ ਵਾਲਿਆਂ ਦੀ, ਬੇੜੀ ਕਦੇ ਨਾ ਅੜੀ, ਕਾਸ ਦੇ ਮੰਨਣ ਵਾਲਿਆਂ ਦੀ, ਬੇੜੀ ਕਦੇ ਨਾ ਅੜੀ, ਕਾਸ ਦੇ ਮੰਨਣ ਵਾਲਿਆਂ ਦੀ, ਬੇੜੀ ਕਦੇ ਨਾ ਅੜੀ। ਮੀਰਾ ਵੇਖੀਆ ਜ਼ਮਾਨੇ ਸਾਰੇ ਚੋਲਾ ਜਪਾਲ, 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 ਮੌਲਾ ਅਲੀ ਦਾ ਇਹ ਪੁੱਤ ਅਬੂ ਸਾਲਿਹਾ ਦਾ ਲਾਲ, ਮੌਲਾ ਅਲੀ ਦਾ ਇਹ ਪੁੱਤ ਅਬੂ ਸਾਲਿਹਾ ਦਾ ਲਾਲ, ਮੌਲਾ ਅਲੀ ਦਾ ਇਹ ਪੁੱਤ ਅਬੂ ਸਾਲਿਹਾ ਦਾ ਲਾਲ, ਮੌਲਾ ਅਲੀ ਦਾ ਇਹ ਪੁੱਤ ਅਬੂ ਸਾਲਿਹਾ ਦਾ ਲਾਲ, ਤੈਨੂੰ ਮੁਸ਼ਕਿਲ ਜੇ ਆਵੇ ਕਦੇ ਕਰੇ ਨਾ ਮਨਾ, 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 ਪੁੱਛੇਗਾ ਤੈਨੂੰ ਪੋਤਰਾ ਹੈ ਤਾਂ ਅਮੀਰ ਦਾ, ਪੁੱਛੇਗਾ ਤੈਨੂੰ ਪੋਤਰਾ ਹੈ ਤਾਂ ਅਮੀਰ ਦਾ, ਪੁੱਛੇਗਾ ਤੈਨੂੰ ਪੋਤਰਾ ਹੈ ਤਾਂ ਅਮੀਰ ਦਾ, ਪੁੱਛੇਗਾ ਤੈਨੂੰ ਪੋਤਰਾ ਹੈ ਤਾਂ ਜ਼ਮੀਰ ਦਾ, ਤੂੰ ਆਖਦੇ ਨਾ ਮਨ ਹਬੀਰਾਂ ਨੇ ਪੀਰ ਦਾ, ਬੇੜੀ ਕਦੇ ਨਾ ਅੜੀ, ਸਾਈਂ ਦੇ ਮੰਨਣ ਵਾਲਿਆਂ ਦੀ, ਬੇੜੀ ਕਦੇ ਨਾ ਅੜੀ, ਸਾਈਂ ਦੇ ਮੰਨਣ ਵਾਲਿਆਂ ਦੀ, ਬੇੜੀ ਕਦੇ ਨਾ ਅੜੀ, ਸਾਈਂ ਦੇ ਮੰਨਣ ਵਾਲਿਆਂ ਦੀ, ਬੇੜੀ ਕਦੇ ਨਾ ਅੜੀ। ਮੈਂ ਝੂਠ ਬੋਲਾਂ ਤੇ ਕਿਉਂ ਬੋਲਾਂ, ਮੈਂ ਝੂਠ ਬੋਲਾਂ ਤੇ ਕਿਉਂ ਬੋਲਾਂ, ਮੇਰਾ ਕੰਮ ਕਦੇ ਨਾ ਅੜਿਆ ਹੈ, 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 ਮੈਂ ਸਾਰੀ ਦੁਨੀਆ ਫਾੜ ਕੇ, ਸਾਰੀ ਦੁਨੀਆ ਫਾੜ ਕੇ, ਸਾਰੀ ਦੁਨੀਆ ਫਾੜ ਕੇ, ਸਾਰੀ ਦੁਨੀਆ ਫਾੜ ਕੇ, ਮੇਰਾ ਪੁਲਿਸ ਦਾ ਬਣਿਆ ਹੈ, ਬੇੜੀ ਕਦੇ ਨਾ ਕਾਸ ਨੂੰ ਮੰਨਣ ਵਾਲਿਆਂ ਦੀ, ਬੇੜੀ ਕਦੇ ਨਾ ਅੜੀ, ਕਾਸ ਨੂੰ ਮੰਨਣ ਵਾਲਿਆਂ ਦੀ, ਬੇੜੀ ਕਦੇ ਨਾ ਅੜੀ, ਹੌਣ ਦਰਿਆ ਡੋਬਣਾ ਕੀ, ਡੋਬਣਾ ਕੀ, ਹੌਣ ਦਰਿਆ ਡੋਬਣਾ ਕੀ, ਜੀ ਦੀ ਸਾਈਂ ਬਾਫੜੀ, ਹੌਣ ਦਰਿਆ ਡੋਬਣਾ ਕੀ, ਜੀ ਦੀ ਸਾਈਂ ਬਾਫੜੀ, ਹੌਣ ਦਰਿਆ ਡੋਬਣਾ ਕੀ, ਜੀ ਦੀ ਸਾਈਂ ਬਾਫੜੀ, ਹੌਣ ਦਰਿਆ ਡੋਬਣਾ ਕੀ, ਕੌਸ ਦੇ ਮੰਨਣ ਵਾਲਿਓ ਆਓ, 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 ਸਾਈਂ 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 ਦੇ ਮੰਨਣ ਵਾਲਿਓ ਆਓ। ਕਿਹੜਾ ਕਿਹੜਾ ਸਾਈਂ ਨੂੰ ਮੰਨਦਾ ਹੈ, ਹੱਥ ਖੜੇ ਕਰਕੇ ਸਿੱਧੇ, ਜਿਹੜਾ ਸਾਈਂ ਨੂੰ ਪਿਆਰ ਕਰਨਾ ਸਿੱਧੇ ਹੱਥ ਖੜੇ ਕਰ, ਥੋੜੀ ਆਸ਼ਕੀ ਦਾ ਸਬੂਤ ਲੈਣਾ, ਕਿਉਂਕਿ ਜਿਹਨਾਂ ਦੇ ਹੱਥ ਹੋਣਗੇ ਉੱਚਣਗੇ ਭਾਗ ਜਾਗਣਗੇ ਸੁੱਤੇ, ਇਹ ਸਾਈਂ ਦੀ ਮਹਿਫਲ ਹੈ, ਜਿਹਨਾਂ ਦੇ ਹੱਥ ਹੋਣਗੇ ਉੱਚਣਗੇ ਭਾਗ ਜਾਗਣਗੇ ਸੁੱਤੇ, ਜਿਹਨਾਂ ਦੇ ਹੱਥ ਹੋਣਗੇ ਵਿਚਕਾਰ ਵਾਰ ਤੇ ਨਾ ਪਾਰ, ਜਿਹਨਾਂ ਦੇ ਹੱਥ ਹੋਣਗੇ ਥੱਲੇ ਹੋਣਗੇ ਕੁਝ ਨਹੀਂ ਪੈਣਾ ਪਵੇ, ਮੇਰੇ ਵੀਰ ਵੀ ਬੈਠੇ ਆ ਇੱਥੇ, ਹੱਥ ਖੜੇ ਕਰਕੇ
ਹੱਥ ਕੜ ਕੜ ਕੇ ਤਾਣੀ ਲਾ ਕੇ ਟਕ ਟਕ ਆਓ ਜੀ ਸਾਈ ਦੇ ਮੰਨਣ ਵਾਲਿਓ ਆਓ ਸਾਈ ਦੇ ਮੰਨਣ ਵਾਲਿਓ ਸਾਈ ਦੇ ਮੰਨਣ ਵਾਲਿਓ ਆਓ ਸਾਈ ਦੇ ਮੰਨਣ ਵਾਲਿਓ ਆਓ ਸਾਈ ਨੂੰ ਮੰਨਣ ਵਾਲਿਆਂ ਦੀ ਬੇੜੀ ਕਦੇ ਨਾ ਆਈ ਸਾਈ ਨੂੰ ਮੰਨਣ ਵਾਲਿਆਂ ਦੀ ਬੇੜੀ ਕਦੇ ਨਾ ਆਈ ਸਾਈ ਨੂੰ ਮੰਨਣ ਵਾਲਿਆਂ ਦੀ ਬੇੜੀ ਕਦੇ ਨਾ ਆਈ ਸਾਈ ਨੂੰ ਮੰਨਣ ਵਾਲਿਆਂ ਦੀ ਬੇੜੀ ਕਦੇ ਨਾ ਆਈ ਉਹਨੂੰ ਦਰੀਆ ਡੋਬਣਾ ਕੀ ਡੋਬਣਾ ਕੀ ਉਹਨੂੰ ਦਰੀਆ ਡੋਬਣਾ ਕੀ ਦੀਦੀ ਸਾਈਂ ਬਾਬੜੀ 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 ਸਾਈਂ ਮੈਂ ਸਾਈਂ ਦਾ ਪੱਲਾ ਫੜਿਆ ਸੀ ਤੋਂ ਲੈ ਕੇ ਪਾਰ ਫੜੇ ਸਾਈ ਲਾਟੀ ਸ਼ਾਹ ਦਾ ਪੱਲਾ ਫੜਿਆ ਸਿਰ ਤੋਂ ਲੈ ਕੇ ਪਾਰ ਫੜੇ ਸਾਈ ਲਾਟੀ ਸ਼ਾਹ ਦਾ ਪੱਲਾ ਫੜਿਆ ਸਿਰ ਤੋਂ ਲੈ ਕੇ ਪਾਰ ਫੜੇ ਮੁਰਾਦ ਸ਼ਾਹ ਦਾ ਪੱਲਾ ਫੜਿਆ ਸਿਰ ਤੋਂ ਲੈ ਕੇ ਪਾਰ ਫੜੇ ਮੁਰਾਦ ਸ਼ਾਹ ਦਾ ਪੱਲਾ ਫੜਿਆ ਸਿਰ ਤੋਂ ਲੈ ਕੇ ਪਾਰ ਫੜੇ ਇਸ ਦਰ ਵਰਗਾ ਹੋਰ ਨਾ ਕੋਈ 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 ਮੈਂ ਦੇਖੇ ਨੇ ਤਲਵਾਰ ਫੜੇ ਵੀਰ ਦੇ ਮੰਨਣ ਵਾਲਿਓ ਆਓ ਵੀਰ ਦੇ ਮੰਨਣ ਵਾਲਿਓ ਆਓ ਸਾਈ 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 ਦੇ ਮੰਨਣ ਵਾਲਿਓ ਆਓ ਮਾਈ ਨਦੀਆਂ ਦੇ ਕਿਨਾਰੇ ਰੋ ਰੋ ਮਾਰਦੀ ਸਿਨਾਰੇ ਮਾਈ ਨਦੀਆਂ ਦੇ ਕਿਨਾਰੇ ਰੋ ਰੋ ਮਾਰਦੀ ਸਿਨਾਰੇ ਮਾਈ ਨਦੀਆਂ ਦੇ ਕਿਨਾਰੇ ਆਪੂ ਸਾਲੇ ਹੱਦ ਪਿਆਰੇ ਮੇਰੇ ਮੌਜ ਵਿੱਚ ਆ ਗਏ ਆਪੂ ਸਾਲੇ ਹੱਦ ਪਿਆਰੇ ਨਾਰਾ ਮਾਰਿਆ ਅਲੀ ਦਾ ਪਾਲਾ ਅਲੀ ਦਾ ਨਾਰਾ ਮਾਰਿਆ ਅਲੀ ਦਾ ਭੇੜੀ ਡੁੱਬੀ ਹੋਈ ਤਰੀ 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 ਗੌਸ ਦੇ ਮੰਨਣ ਵਾਲਿਆਂ ਦੀ ਭੇੜੀ ਕਦੇ ਨਾ ਅੜੀ ਗੌਸ ਦੇ ਮੰਨਣ ਵਾਲਿਆਂ ਦੀ ਭੇੜੀ ਕਦੇ ਨਾ ਅੜੀ Thank you.
ਸੋਨੇ ਜਗਦੇ ਹੋ ਦਿਲ ਕਰੋੜਾਂ ਦੇ ਪਰ ਕੋਈ ਤੇਰੇ ਜਿਹਾ ਨਹੀਂ ਹੋਣਾ ਸੋਨੇ ਜਗਦੇ ਹੋਰ ਕਰੋੜਾਂ ਨੇ ਆਪਣਾ ਬਣਾਇਆ ਚੇੜੀ ਕੜੀ ਹੁਣ ਮੇ ਗਾਨੇ ਵੀ ਆਪਣੇ ਵੇਖ ਤੇਰਾ ਪਿਆਰ ਮੈਨੂੰ ਮਿਲਿਆ ਮੈਂ ਦੁਨੀਆ ਤੇ ਹੋ ਤੇ ਕੀ ਲੈਣਾ ਵੇਖ ਤੇਰਾ ਪਿਆਰ ਮੈਨੂੰ ਮਿਲਿਆ ਮੈਂ ਦੁਨੀਆ ਤੇ ਹੋ ਤੇ ਕੀ ਲੈਣਾ ਕੀ ਲੈਣਾ ਵੇਖ ਤੇਰਾ ਪਿਆਰ ਮੈਨੂੰ ਮਿਲਿਆ ਮੈਂ ਦੁਨੀਆ ਤੇ ਹੋ ਤੇ ਕੀ ਲੈਣਾ ਤੇਰਾ ਪਿਆਰ ਮੈਨੂੰ ਮਿਲਿਆ ਮੈਂ ਦੁਨੀਆ ਤੇ ਹੋ ਲਿਖੀ ਲੈ ਹਾਂ ਕਰੀਨਾ ਦੂਰ ਕਦਮਾਂ ਤੋਂ ਕਰੀਨਾ ਦੂਰ ਕਦਮਾਂ ਤੋਂ ਕਰੀਨਾ ਦੂਰ ਕਦਮਾਂ ਤੋਂ ਅਸਾਂ ਤੈਨੂੰ ਹੋ ਲਿਖੀ ਲੈ ਵੇਖ ਤੇਰਾ ਪਿਆਰ ਮੈਨੂੰ ਮਿਲਿਆ ਮੈਂ ਦੁਨੀਆ ਸਾਰੀ ਦੁਨੀਆ ਤੋਂ ਇੱਕ ਤੇਰਾ ਨਿਸ਼ਾਨਾ ਚਾਹੀਦਾ ਤੇਰਾ ਸਾਰੀ ਦੁਨੀਆ ਤੋਂ ਇੱਕ ਤੇਰਾ ਨਿਸ਼ਾਨਾ ਚਾਹੀਦਾ ਕੀ ਲੈਣਾ ਸਾਰੀ ਦੁਨੀਆ ਤੋਂ ਇੱਕ ਤੇਰਾ ਨਿਸ਼ਾਨਾ ਚਾਹੀਦਾ ਲੈਣਾ ਸਾਰੀ ਦੁਨੀਆ ਤੋਂ ਇੱਕ ਤੇਰਾ ਨਿਸ਼ਾਨਾ ਚਾਹੀਦਾ ਹੋਵੇ ਅਸਲ ਨਮਾਜ਼ ਹਕੀਕਤ ਦੀ 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 ਸਾਨੂੰ ਅਲਫ ਪਤਾਣਾ ਚਾਹੀਦਾ ਦੇਖ ਤੇਰਾ ਮੈਨੂੰ ਮਿਲਿਆ ਮੈਂ ਦੁਨੀਆ ਤੋਂ ਕੀ ਲੈਣਾ ਵੇਖ ਤੇਰਾ ਪਿਆਰ ਮੈਨੂੰ ਮਿਲਿਆ ਮੈਂ ਦੁਨੀਆ ਤੇ ਹੋ ਤੇ ਕੀ ਲੈਣਾ ਵੇਖ ਤੇਰਾ ਪਿਆਰ ਮੈਨੂੰ ਮਿਲਿਆ ਮੈਂ ਦੁਨੀਆ ਤੋਂ ਕੀ ਲੈਣਾ ਸਾਰੇ ਵਾਰੀ ਨੀ ਦੱਸ ਦਾ ਸਾਰੇ ਘਰੇ ਪਰੇ ਦਾ ਇੱਕ ਤੇਰਾ ਪਿਆਰ ਮੈਨੂੰ ਮਿਲਿਆ ਮੈਂ ਦੁਨੀਆ ਤੋਂ ਕੀ ਲੈਣਾ ਇੱਕ ਤੇਰਾ ਪਿਆਰ
ਪਿਆਰ ਮਜਨੂੰ ਨੇ ਕੀਆ, ਪਿਆਰ ਲੈਲਾ ਨੇ ਕੀਆ, ਪਿਆਰ ਮਜਨੂੰ ਨੇ ਕੀਆ, ਪਿਆਰ ਲੈਲਾ ਨੇ ਕੀਆ, ਪਿਆਰ ਸੱਸੀ ਨੇ ਕੀਆ, ਪਿਆਰ ਪੁੰਨੂ ਨੇ ਕੀਆ, ਪਿਆਰ ਸੱਸੀ ਨੇ ਕੀਆ, ਪਿਆਰ ਪੁੰਨੂ ਨੇ ਕੀਆ, ਪਿਆਰ ਇਨਸਾਨ ਕੋ ਇਨਸਾਨ ਬਣਾ ਦੇਤਾ ਹੈ, 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 ਪਿਆਰ ਪੱਥਰ ਕੋ ਵੀ ਭਗਵਾਨ ਬਣਾ ਦੇਤਾ ਹੈ, ਹਰ ਇੱਕ ਤੇਰਾ ਪਿਆਰ ਮੈਨੂੰ ਮਿਲਿਆ, ਮੈਂ ਦੁਨੀਆ ਤੋਂ ਕੀ ਲੈਣਾ, ਹਰ ਇੱਕ ਤੇਰਾ ਪਿਆਰ ਮੈਨੂੰ ਮਿਲਿਆ, ਮੈਂ ਦੁਨੀਆ ਤੋਂ ਕੀ ਲੈਣਾ, ਹਰ ਇੱਕ ਤੇਰਾ ਪਿਆਰ ਮੈਨੂੰ ਮਿਲਿਆ, ਮੈਂ ਦੁਨੀਆ ਤੋਂ ਹੋਰ ਕੀ ਲੈਣਾ, ਭਾਈ ਕਿਆ ਕੀ ਮੇਰੀ ਜਿੰਦ ਜਾਨ ਹਯਾਤੀ, ਮੇਰੀ ਜਿੰਦ ਜਾਨ ਹਯਾਤੀ, ਮੇਰੇ ਸੋਹਣਿਆ ਸੱਜਣਾ ਮੇਰਾ ਪਿਆਰ ਵੀ ਤੂੰ ਮੇਰੇ, ਤੇਰਾ ਪਿਆਰ ਮੈਨੂੰ ਮਿਲਿਆ, ਮੈਂ ਦੁਨੀਆ ਤੋਂ ਕੀ ਲੈਣਾ, ਜਦੋਂ ਕਰਨੀ ਗੁਲਾਮੀ ਏ, ਜਦੋਂ ਕਰਨੀ ਗੁਲਾਮੀ ਏ, ਅਸਾ ਸ਼ਾਨ ਨੂੰ ਕੀ ਕਰਨਾ, ਦੇਖ ਤੇਰਾ ਪਿਆਰ ਮੈਨੂੰ ਮਿਲਿਆ, ਮੈਂ ਦੁਨੀਆ ਤੋਂ ਕੀ ਲੈਣਾ, ਤੂੰ ਆਪਣੇ ਸਾਰੇ ਗਮ ਦੇ ਦੇ ਬਾਬਾ, ਸਾਰੇ ਗਮ ਦੇ ਦੇ, ਤੂੰ ਆਪਣੇ ਸਾਰੇ ਗਮ ਦੇ ਦੇ, ਤੂੰ ਆਪਣੇ ਸਾਰੇ ਗਮ ਦੇ ਦੇ, ਮੈਂ ਬਣ ਜਾ ਵਾਹ ਖੁਸ਼ੀ ਤੇਰੀ, ਤੂੰ ਆਪਣੇ ਸਾਰੇ ਗਮ ਦੇ ਦੇ, ਮੈਂ ਬਣ ਜਾ ਖੁਸ਼ੀ ਤੇਰੀ, ਬਣਾ ਕੀ ਤੇਰਾ ਪਰਛਾਵਾਂ ਜਦੋਂ ਤੱਕ ਜ਼ਿੰਦਗੀ ਮੇਰੀ, ਬਣਾ ਕੀ ਤੇਰਾ ਪਰਛਾਵਾਂ ਜਦੋਂ ਤੱਕ ਜ਼ਿੰਦਗੀ ਮੇਰੀ, ਜਦੋਂ ਤੱਕ ਜ਼ਿੰਦਗੀ ਮੇਰੀ, ਮੁਹੱਬਤ ਦੇ ਸਹਾਰੇ ਤੇ, ਮੁਹੱਬਤ ਦੇ ਸਹਾਰੇ ਤੇ, ਮੁਹੱਬਤ ਦੇ ਸਹਾਰੇ ਤੇ, ਅਸਾਂ ਤੇ ਦਿਨ ਚਾਰ ਜੀ ਲੈਣਾ, ਕਿ ਤੇਰਾ ਪਿਆਰ ਮੈਨੂੰ ਮਿਲਿਆ, ਮੈਂ ਦੁਨੀਆ ਤੋਂ ਕੀ ਲੈਣਾ, ਵੇਖ ਤੇਰਾ ਪਿਆਰ ਮੈਨੂੰ ਮਿਲਿਆ, ਮੈਂ ਦੁਨੀਆ ਤੇ ਹੋ ਕੀ ਲੈਣਾ, ਵੇਖ ਤੇਰਾ ਪਿਆਰ ਮੈਨੂੰ ਮਿਲਿਆ, ਮੈਂ ਦੁਨੀਆ ਤੇ ਹੋ ਕੀ ਲੈਣਾ, ਇਹ ਲੋਗੋ ਸੇ ਸੁਣਾ ਕਿਤਾਬੋ ਮੇ ਪੜ੍ਹਾ ਹੈ, ਲੋਗੋ ਸੇ ਕਿਤਾਬੋ ਮੇ ਪੜ੍ਹਾ ਹੈ, ਅਰੇ ਸਭ ਨੇ ਯਹੀ ਕਹਾ ਹੈ, 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 ਕਿ ਪਿਆਰ ਕਰਨੇ ਵਾਲੇ ਕਭੀ ਡਰਦੇ ਨਹੀਂ, ਹਾਂ ਡਰਦੇ
करते नहीं जो डरते हैं वो प्यार करते नहीं हाँ प्यार करने वाले कभी डरते नहीं डरते नहीं जो डरते हैं वो प्यार करते नहीं प्यार करने वाले कभी डरते नहीं डरते नहीं जो डरते हैं वो प्यार करते नहीं प्यार करने वाले कभी डरते नहीं ओ डरते नहीं जो डरते हैं वो प्यार करते नहीं हमको तुमसे हो गया है प्यार क्या करे हमको तुमसे हो गया है प्यार क्या करे बोलो तो जी बोलो तो बन जाए हमको तुमसे हो गया है प्यार क्या करे बोलो तो जी बोलो तो बन जाए हमको तुमसे हो गया है प्यार क्या करे बोलो तो जी बोलो तो बन जाए हमको तुमसे हो गया है प्यार क्या करे बोलो तो जी बोलो तो बन जाए हमको तुमसे हो गया है प्यार क्या करे हमको तुमसे हो गया है प्यार क्या करे बोलो तो जी बोलो तो बन जाए हमको तुमसे हो गया है प्यार क्या करे बोलो तो जिए बोलो तो मर जाए बोलो तो जिए बोलो तो मर जाए ਸਾਧ ਸੰਗਤ ਪਟਾਲ ਦੇ ਵਿੱਚ ਬੈਠੋ ਬਾਬਾ ਜੀ ਤਸ਼ਰੀਫ ਲਾ ਰਹੇ ਨੇ ਸਾਰਿਆਂ ਨੂੰ ਬੇਨਤੀ ਆ ਕਿ ਆ ਕੇ ਪਟਾਲ ਦੇ ਵਿੱਚ ਬੈਠੋ ਗੁੰਡੇ ਟੁੱਟ ਗਏ ਜ਼ਰੀ ਬਾਂਦੇ ਵੇ ਮਈਆ ਤੈਨੂੰ ਕਸਮ ਲੱਗੇ ਹਾਲ ਸੁਣ ਲੈ ਗਰੀ ਕਸਮ ਲੱਗੇ ਹਾਲ ਸੁਣ ਲੈ ਮੇਰਾ ਸਾਈਂ ਸਹਾਰਾ
ਸਾਡੇ ਦੇ ਦੁਖੀਆਂ ਦਾ ਤੇਰਾ ਸਾਈ ਸਹਾਰਾ ਏ ਸਾਡੇ ਦੇ ਦੁਖੀਆਂ ਦਾ ਤੇਰਾ ਸਾਈ ਸਹਾਰਾ ਏ ਯਾ ਫਰੀਦ ਹੱਕ ਫਰੀਦ 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 ਯਾ ਫਰੀਦ ਸਾਬਰ ਦਾ ਪੀਰ 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 ਜੀਵੇ ਮੇਰਾ ਪੀਰ ਸੋਹਣਾ ਜੀਵੇ 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 ਮੇਰਾ ਪੀਰ ਸੋਹਣਾ ਜੀਵੇ 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 ਮੇਰਾ ਪੀਰ ਸੋਹਣਾ ਜੀਵੇ ਮੇਰਾ ਪੀਰ ਸੋਹਣਾ ਅਸਮਾਨੀ ਤਾਰਾ ਏ ਜੀਵੇ ਮੇਰਾ ਪੀਰ ਸੋਹਣਾ ਅਸਮਾਨੀ ਤਾਰਾ ਏ ਸਾਡੇ ਦੇ ਦੁਖੀਆਂ ਦਾ ਹਾਂ ਮੇਰਾ ਸਾਈ ਸਹਾਰਾ ਸਾਡੇ ਤੇ ਤੋੜੀ ਲੈ ਗਏ ਸਾਡੇ ਦੇ ਦੁਖੀਆਂ ਦਾ ਮੇਰਾ ਸਾਈ ਸਹਾਰਾ ਸਾਡੇ ਦੇ ਦੁਖੀਆਂ ਦਾ ਮੇਰਾ ਸਾਈ ਸਹਾਰਾ ਜੀ ਮੈਂ ਕਮਲੀ ਯਾਰ ਦੀ ਕਮਲੀ ਜੀ ਮੈਂ ਕਮਲੀ ਯਾਰ ਦੀ ਕਮਲੀ ਯਾਰ ਦੀ ਕਮਲੀ ਕਮਲੀ ਯਾਰ ਦੀ ਬੈਠਣ ਦੀ ਕਿਰਪਾਲ ਤਾਂ ਕਰੋ ਕੋਈ ਆਪਣੀ ਜਗ੍ਹਾ ਤੋਂ ਨਹੀਂ ਲਿਓ ਬੈਠਣ ਦੀ ਕਿਰਪਾਲ ਤਾਂ ਕਰੋ ਜਿੰਨੇ ਵੀ ਸੇਵਾਦਾਰ ਆ ਮੈਂ ਉਹਨਾਂ ਨੂੰ ਬੇਨਤੀ ਕਰਦਾ ਕਿ ਸੰਗਤ ਦੇ ਮੁੜੇ ਖੜ ਜਾਓ ਚਾਰ ਪੰਜ ਜਣੇ ਸਾਰੀ ਸੰਗਤ ਦੇ ਜਨਰਲ ਬੇਨਤੀ ਇੱਕ ਬੈਠ ਜਾਓ ਸਾਈ ਜੀ ਇੱਥੇ ਹੀ ਆ ਰਹੇ ਆ ਬੈਠ ਦੋ ਭਾਈ ਸੰਗਤ ਦੇ ਜਨਰਲ ਬੇਨਤੀ ਹੈ ਜਿਨ ਵੀ ਸੰਗਤ ਹੱਥ ਜੋੜ ਕੇ ਬੇਨਤੀ ਹੈ ਸੇਵਾਦਾਰਾਂ ਕਾਦਰੀ ਗੁਲਸ਼ਨ ਕੀ ਬਣ ਕੇ ਬਹਾਰ ਆ ਗਏ ਕਾਦਰੀ ਗੁਲਸ਼ਨ ਕੀ ਬਣ ਕੇ ਬਹਾਰ ਆ ਗਏ ਦੇਖੋ ਦੇਖੋ ਤਾੜੀ ਲਾ ਕੇ ਹੱਥ ਜੋੜ ਕੇ ਹੱਥ ਖੜਾ ਕਰਕੇ ਉਹ ਦੇਖੋ 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 ਸੁਰਿੰਦਰ ਸ਼ਾਹ ਸਰਕਾਰ ਆ ਗਏ ਦੇਖੋ ਸੁਰਿੰਦਰ ਸ਼ਾਹ ਸਰਕਾਰ ਆ ਗਏ ਦੇਖੋ ਦੇਖੋ ਸੁਰਿੰਦਰ ਸ਼ਾਹ ਸਰਕਾਰ ਆ ਗਏ ਦੇਖੋ ਦੇਖੋ ਸੁਰਿੰਦਰ ਸ਼ਾਹ ਸਰਕਾਰ ਆ ਗਏ ਉਹਨੇ ਬਕਮਲੀ ਸਾਈ ਦੀ ਕਮਲੀ ਨੀ ਬਕਮਲੀ ਸਾਈ ਦੀ ਕਮਲੀ ਨੀ ਬਕਮਲੀ ਸਾਈ ਦੀ ਕਮਲੀ ਨੀ ਬਕਮਲੀ ਸਾਈ ਦੀ ਕਮਲੀ ਉਹਨੇ ਬਕਮਲੀ ਸਾਈ ਦੀ ਕਮਲੀ ਨੀ ਬਕਮਲੀ ਸਾਈ ਦੀ ਹਾਏ ਬਕਮਲੀ ਸਾਈ ਦੀ ਕਮਲੀ ਨੀ ਬਕਮਲੀ ਸਾਈ ਦੀ ਕਮਲੀ ਉਹ ਇਸ਼ਕ ਤੇਰੇ ਨੇ ਮੈਨੂੰ ਕਮਲੀ ਕੀਤਾ 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 ਅਮਨ ਭੁੱਲ ਗਏ ਸਹੁਰੇ ਪੇਕੇ ਆ ਸਹੁਰੇ ਪੇਕੇ ਅਮਨ ਭੁੱਲ ਗਏ ਸਹੁਰੇ ਪੇਕੇ ਅਮਨ ਭੁੱਲ ਗਏ ਸਹੁਰੇ ਪੇਕੇ ਸੋਹਣਿਆ ਸਜਣਾ ਕਰ ਨਾ ਲਾ ਲੈ 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 ਅਮਨ ਉੱਚ ਦੀ ਨੂੰ ਕੋਈ ਨਾ ਵੇਖੇ ਜੀ ਮਕਮਲੀ ਔਰ ਦੀ ਕਮਲੀ ਜੀ ਮਕਮਲੀ ਔਰ ਦੀ ਹਾਏ ਕਮਲੀ ਔਰ ਦੀ ਕਮਲੀ ਅਰੇ ਮਕਮਲੀ ਯਾਰ ਦੀ ਕਮਲੀ ਨੀ ਮਕਮਲੀ ਸਾਈ ਦੀ ਕਮਲੀ ਨੀ ਮਕਮਲੀ ਸਾਈ ਦੀ ਕਮਲੀ ਨੀ ਮਕਮਲੀ ਯਾਰ ਦੀ ਕਮਲੀ ਆਹ ਨੀ ਮਕਮਲੀ ਯਾਰ ਦੀ ਸੰਗਤ ਨੂੰ ਬੇਨਤੀ ਹੈ ਕਿ ਬੈਠਣ ਦੀ ਕਿਰਪਾਲਤਾ ਕਰੋ ਸਾਈ ਸੁਰਿੰਦਰ ਸ਼ਾਸਤਰਕਾਰ ਬਾਕਰਪੁਰ ਤੋਂ ਉਹ ਪਹੁੰਚ ਚੁੱਕੇ ਆ ਸੇਵਾਦਾਰ ਨੂੰ ਬੇਨਤੀ ਹੈ ਮਾੜੇ ਦਾ ਕੰਟਰੋਲ ਕਰੋ ਥੋੜ੍ਹਾ ਜਿਹਾ ਨੀ ਮਕਮਲੀ ਸਾਈ ਦੀ ਨੀ ਮਕਮਲੀ ਯਾਰ ਦੀ ਉਹ ਨੀ ਮਕਮਲੀ ਸਾਈ ਦੀ ਉਹ ਨੀ ਮਕਮਲੀ ਯਾਰ ਦੀ
ਨੀ ਮੈਂ ਕਮਲੀ ਯਾਰ ਦੀ ਕਮਲੀ ਨੀ ਮੈਂ ਕਮਲੀ ਸਾਈ ਗੁਲਸ਼ਨ ਕੀ ਬਣ ਕੇ ਬਹਾਰ ਆ ਗਏ ਕਾਦਰੀ ਗੁਲਸ਼ਨ ਕੀ ਬਣ ਕੇ ਬਹਾਰ ਆ ਗਏ ਦੇਖੋ 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 ਸੁਰਿੰਦਰ ਸ਼ਾਹ ਸਰਕਾਰ ਆ ਗਏ ਦੇਖੋ ਦੇਖੋ ਸੁਰਿੰਦਰ ਸ਼ਾਹ ਆ ਗਏ ਦੇਖੋ ਦੇਖੋ ਸੁਰਿੰਦਰ ਸ਼ਾਹ ਸਰਕਾਰ 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 ਆ ਗਏ ਨੀ ਮੈਂ ਕਮਲੀ ਸਾਈਂ ਦੀ ਕਮਲੀ ਨੀ ਮੈਂ ਕਮਲੀ ਸਾਈਂ ਦੀ ਕਮਲੀ ਨੀ ਮੈਂ ਕਮਲੀ ਸਾਈਂ ਦੀ ਕਮਲੀ ਨੀ ਮੈਂ ਕਮਲੀ ਸਾਈਂ ਦੀ ਨੀ ਮੈਂ ਕਮਲੀ ਯਾਰ ਦੀ ਕਮਲੀ ਨੀ ਮੈਂ ਕਮਲੀ ਯਾਰ ਦੀ ਕਮਲੀ ਹਾਂ ਸੰਗਤ ਨੂੰ ਬੇਨਤੀ ਹੈ ਕਿ ਇੱਕ ਵਾਰੀ ਆਪਣੀ ਜਗ੍ਹਾ ਤੇ ਬੈਠ ਜਾਓ ਬਹਿ ਜਾਓ ਤਾੜੀ ਲਾ ਕੇ ਇੱਕ ਵਾਰੀ ਸਾਈ ਦਰਾ ਤੇ ਜੈਕਾਰਾ ਲਾਡੀ ਸ਼ਾਹ ਸਰਕਾਰ ਦਾ ਬੋਲ ਸੱਚੇ ਦਰਬਾਰ ਕੀ ਜੈਕਾਰਾ ਗੁੱਗਾ ਜਹਾਜ਼ ਦੀ ਸਰਕਾਰ ਦਾ ਬੋਲ ਸੱਚੇ ਦਰਬਾਰ ਕੀ ਜੈ ਆਓ ਜੀ ਦੇਖੋ 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 ਸੁਰਿੰਦਰ ਸ਼ਾਹ ਸਰਕਾਰ ਆ ਗਏ 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 ਉਸ਼ਕ ਤੇਰੇ ਨੇ ਮੈਨੂੰ ਕਮਲੀ ਕੀਤਾ ਇਸ਼ਕ ਤੇਰੇ ਨੇ ਮੈਨੂੰ ਕਮਲੀ ਕੀਤਾ ਮੈਨੂੰ ਭੁੱਲ ਗਏ ਸਹੁਰੇ ਪੇਕੇ ਮੈਨੂੰ ਭੁੱਲ ਗਏ ਸਹੁਰੇ ਪੇਕੇ ਮੈਨੂੰ ਭੁੱਲ ਗਏ ਸਹੁਰੇ ਪੇਕੇ ਭੁੱਲ ਗਏ ਸਹੁਰੇ ਪੇਕੇ ਸੋਹਣੇ ਅੱਜ ਨਾ ਗੜੇ ਨਾ ਲਾ ਲੈ ਉਜੜੀ ਨੂੰ ਕੋਈ ਨਾ ਵੇਖੇ ਨੀ ਮੈਂ ਕਮਲੀ ਯਾਰ ਦੀ ਕਮਲੀ ਨੀ ਮੈਂ ਕਮਲੀ ਯਾਰ ਦੀ ਕਮਲੀ ਕਮਲੀ ਯਾਰ ਦੀ ਕਮਲੀ ਨੀ ਮੈਂ ਕਮਲੀ ਯਾਰ ਦੀ ਕਮਲੀ ਹਾਂ ਕੀ ਕਹਿਣਾ ਕਿ ਉਹ ਤਾਂ ਭੇਦ ਕਦੇ ਨਾ ਖੋਲ ਦੇ ਉਹ ਤਾਂ ਭੇਦ ਕਦੇ ਨਾ ਖੋਲ ਦੇ ਵਸਦੇ ਨੂੰ ਕੋਲ ਰੱਬ ਦੇ ਉਹ ਤਾਂ ਭੇਦ ਕਦੇ ਨਾ ਖੋਲ ਦੇ ਵਸਦੇ ਨੂੰ ਕੋਲ ਰੱਬ ਦੇ ਉਹ ਤਾਂ ਭੇਦ ਕਦੇ ਨਾ ਖੋਲ ਦੇ ਵਸਦੇ ਨੂੰ ਕੋਲ ਰੱਬ ਦੇ ਉਹ ਤਾਂ ਭੇਦ ਕਦੇ ਨਾ ਖੋਲ ਦੇ ਵਸਦੇ ਨੂੰ ਕੋਲ ਰੱਬ ਦੇ ਉਹ ਤਾਂ ਭੇਦ ਕਦੇ ਨਾ ਖੋਲ ਦੇ ਵਸਦੇ ਨੂੰ ਕੋਲ ਰੱਬ ਦੇ ਕਿਉਂਕਿ ਜਿਹੜੇ ਮਹਿਰਮ ਰਾਜ ਹਕੀਕਤ ਦੇ ਉਹ ਰਾਜ ਹਕੀਕਤ ਖੋਲਦੇ ਨੇ ਜਿਹੜੇ ਮਹਿਰਮ ਰਾਜ ਹਕੀਕਤ ਦੇ ਉਹ ਰਾਜ ਹਕੀਕਤ ਖੋਲਦੇ ਨੇ ਜਿਨ੍ਹਾਂ ਦੇਖਿਆ ਨੀ ਉਹ ਬੋਲ ਪਏ ਜਿਹੜੇ ਦੇਖ ਲੈਂਦੇ ਉਹ ਬੋਲਦੇ ਨੇ ਤਾਂ ਕਿਹਾ ਕਿ ਭੀਖਾ ਬਾਤ ਅਖੰਭ ਕੀ ਜੋ ਕਹਿਣ ਸੁਣਨ ਮੇ ਨਾ ਭੀਖਾ ਬਾਤ ਅਖੰਭ ਕੀ ਜੋ ਕਹਿਣ ਸੁਣਨ ਮੇ ਨਾ ਜੋ ਜਾਣੇ ਸੋ ਨਾ ਕਹੇ ਜੋ ਕਹੇ ਸੋ ਜਾਣੇ ਨਾ ਤਾਂ ਕਿਹਾ ਉਹ ਤਾਂ ਭੇਦ ਕਦੇ ਨਾ ਖੋਲ ਦੇ ਉਹ ਤਾਂ ਭੇਦ ਕਦੇ ਨਾ ਖੋਲ ਦੇ ਵਸਦੇ ਜੋ ਕੋਲ ਰੱਬ ਦੇ ਉਹ ਤਾਂ ਭੇਦ ਕਦੇ ਨਾ ਖੋਲ ਦੇ
ਪੀਰ ਬਾਬਾ ਬੋਲੇ ਸ਼ਾਹ ਸਰਕਾਰ ਸੂਫੀ ਫਕੀਰ ਸਰਕਾਰ ਸਰਕਾਰ ਕਹਿੰਦੇ ਮੰਦਰ ਠਾ ਦੇ ਮਰਜ਼ੀ ਠਾ ਦੇ ਮੰਦਰ ਠਾ ਦੇ ਮਰਜ਼ੀ ਠਾ ਦੇ ਉਹ ਦਾਦੇ ਜੋਗ ਚ ਠਹਿੰਦਾ ਉਹ ਦਾਦੇ ਜੋਗ ਚ ਠਹਿੰਦਾ ਦਾਦੇ ਜੋਗ ਚ ਠਹਿੰਦਾ ਦਾਦੇ ਜੋਗ ਚ ਠਹਿੰਦਾ ਮੰਦਰ ਵੀ ਠਾ ਦੇ ਮਸਜਿਦ ਵੀ ਠਾ ਦੇ ਤੇਰੇ ਕੋਲੋਂ ਜੋ ਕੁਝ ਠਹਿੰਦਾ ਤੂੰ ਠਾ ਦੇ ਪਰ ਇੱਕ ਚੀਜ਼ ਨਾ ਢਾਵੀ ਕਿਉਂਕਿ ਸਰਕਾਰ ਹਿੰਦੂਆਂ ਦਾ ਰੱਬ ਚੜ੍ਹਦੇ ਪਾਸੇ ਮੁਸਲਮਾਨਾਂ ਦਾ ਰੱਬ ਲੈਂਦੇ ਹਿੰਦੂਆਂ ਦਾ ਰੱਬ ਚੜ੍ਹਦੇ ਪਾਸੇ ਮੁਸਲਮਾਨਾਂ ਦਾ ਰੱਬ ਲੈਂਦੇ ਆਸ਼ਕ ਦਾ ਰੱਬ ਚਾਰ ਸੁਬੇੜੇ ਜਿਹੜੇ ਸਜ਼ਾ ਕਰਦੇ ਰਹਿੰਦੇ ਤਾੜੀ ਲਾ ਕੇ ਮੰਦਰ ਠਾ ਦੇ ਮਸਜਿਦ ਠਾ ਦੇ ਮੰਦਰ ਠਾ ਦੇ ਮਸਜਿਦ ਠਾ ਦੇ ਉਹ ਠਾਣੇ ਜੋ ਕੁਝ ਠਹਿੰਦਾ ਠਾਣੇ ਜੋ ਕੁਝ ਠਹਿੰਦਾ ਠਾਣੇ ਜੋ ਕੁਝ ਠਹਿੰਦਾ ਠਾਣੇ ਜੋ ਕੁਝ ਠਹਿੰਦਾ ਇੱਕ ਬੰਦੇ ਦਾ ਦਿਲ ਨਾ ਠਾਮੀ 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 ਯਾਰਾ ਰੱਬ ਦੀ ਨਾ ਵਿੱਚ ਰਹਿੰਦਾ ਹੁੰਦਾ ਭੇਤ ਕਦੇ ਨਾ ਖੋਲਦੇ ਵਸਦੇ ਜੋ ਕੋਲ ਰੱਬ ਦੇ ਉਹਦਾ ਭੇਤ ਕਦੇ ਨਾ ਖੋਲਦੇ ਵਸਦੇ ਜੋ ਕੋਲ ਰੱਬ ਦੇ ਉਹਦਾ ਭੇਤ ਕਦੇ ਨਾ ਖੋਲਦੇ ਵਸਦੇ ਜੋ ਕੋਲ ਰੱਬ ਦੇ ਉਹਦਾ ਭੇਤ ਕਦੇ ਨਾ ਖੋਲਦੇ ਵਸਦੇ ਜੋ ਕੋਲ ਰੱਬ ਦੇ ਮੱਕੇ ਜਾ ਕੇ ਦੇਖੀਆਂ ਇੱਟਾਂ ਗੰਗਾ ਜਾ ਕੇ ਪਾਣੀ ਮੱਕੇ ਜਾ ਕੇ ਦੇਖੀਆਂ ਇੱਟਾਂ ਗੰਗਾ ਜਾ ਕੇ ਪਾਣੀ ਮੱਕੇ ਜਾ ਕੇ ਦੇਖੀਆਂ ਇੱਟਾਂ ਗੰਗਾ ਜਾ ਕੇ ਪਾਣੀ ਮੱਕੇ ਜਾ ਕੇ ਦੇਖੀਆਂ ਇੱਟਾਂ ਪਾਣੀ ਦਾ ਤਾਂ ਪਾਣੀ ਦਾ ਤਾਂ ਪਾਣੀ ਦਾ ਮੱਕੇ ਜਾ ਕੇ ਦੇਖੀਆਂ ਇੱਟਾਂ ਗੰਗਾ ਜਾ ਕੇ ਪਾਣੀ ਆਹ ਸੰਗਤਾਂ ਨੂੰ ਬੇਨਤੀ ਹੈ ਕਿ ਬੈਠਣ ਦੀ ਕਿਰਪਾਲਤਾ ਕਰੋ ਚੁੱਪ ਦਾ ਦਾਨ ਬਖਸ਼ੋ ਮੱਕੇ ਜਾ ਕੇ ਦੇਖੀਆਂ ਇੱਟਾਂ ਗੰਗਾ ਜਾ ਕੇ ਪਾਣੀ ਇਹ ਲਾਈਨ ਮੈਂ ਸਾਈਂ ਜੀ ਨੂੰ ਡੈਡੀਕੇਟ ਕਰਨਾ ਚਾਹੁੰਦਾ ਕਿਆ ਤਾੜੀ ਲਾ ਕੇ ਮੇਰੇ ਨਾਲ ਕਹਿਣਾ ਤੁਸੀਂ ਵੀ ਕੀ ਕਹਿਣਾ ਧੰਨ ਧੰਨ ਨੇ ਉਹਨਾਂ ਦੀਆਂ ਮਾਵਾਂ ਧੰਨ ਧੰਨ ਨੇ ਉਹਨਾਂ ਦੀਆਂ ਮਾਵਾਂ ਜਿਨ੍ਹਾਂ ਦੇ ਪੁੱਤ ਸਾਲ ਹੋ ਗਏ ਧੰਨ ਧੰਨ ਨੇ ਉਹਨਾਂ ਦੀਆਂ ਮਾਵਾਂ ਜਿਨ੍ਹਾਂ ਦੇ ਪੁੱਤ ਸਾਲ ਹੋ ਗਏ ਧੰਨ ਧੰਨ ਨੇ ਉਹਨਾਂ ਦੀਆਂ ਮਾਵਾਂ ਜਿਨ੍ਹਾਂ ਦੇ ਪੁੱਤ ਸਾਲ ਹੋ ਗਏ ਧੰਨ ਧੰਨ ਨੇ ਉਹਨਾਂ ਦੀਆਂ ਮਾਵਾਂ ਜਿਨ੍ਹਾਂ ਦੇ ਪੁੱਤ ਸਾਲ ਹੋ ਗਏ ਧੰਨ ਧੰਨ ਨੇ ਉਹਨਾਂ ਦੀਆਂ ਮਾਵਾਂ ਜਿਨ੍ਹਾਂ ਦੇ ਪੁੱਤ ਸਾਲ ਹੋ ਗਏ ਕਿਉਂਕਿ ਸਾਧੂ ਬੋਲੇ ਸਹਿ ਸੁਭਾਅ ਸਾਧੂ ਕਾ ਬੋਲਿਆ ਬਿਰਥਾ ਨਾ ਜਾ ਕਿਉਂਕਿ ਫਕੀਰੀ ਵੀ ਚਾਰ ਫੈਸ਼ਨ ਦੀ ਹੋਈ ਹੈ ਇੱਕ ਫਕੀਰੀ ਲੇਖ ਦੀ ਇੱਕ ਫਕੀਰੀ ਭੇਖ ਦੀ ਇੱਕ ਪਿੱਛਾ ਮੁੜ ਮੁੜ ਵੇਖ ਦੀ ਇੱਕ ਗਧੇ ਵਾਂਗੂ ਲੇਟ ਦੀ ਕਿਉਂਕਿ ਪਹਿਲਾਂ ਫਕੀਰ ਆਬਾਦ ਹੋਤਾ ਹੈ ਫਿਰ ਬਰਬਾਦ ਹੋਤਾ ਹੈ ਫਿਰ ਸਜਦਾ ਮਰਨੇ ਕੇ ਬਾਅਦ ਹੋਤਾ ਹੈ ਇਸ ਲਈ ਉਹ ਮਾਵਾਂ ਤਾਨੇ ਜਿਹਨਾਂ ਦੇ ਪੁੱਤ ਸਾਧ ਹੋ ਗਿਆ ਫਕੀਰ ਹੋ ਗਿਆ ਕਿਉਂਕਿ ਸਗਲ ਚੁੱਪ ਦਾ ਦਾਨ ਬਖਸ਼ੋ ਕਿਉਂਕਿ ਜੇ ਕਿਸੇ ਮਾਂ ਨੂੰ ਕਹਿ ਦਈਏ ਕਿ ਤੇਰਾ ਪੁੱਤ ਪੀਣ ਲਗਾ ਦਿੰਦੇ ਆ 50,000 ਦਾ ਖਰਚਾ ਆਊ ਤਾਂ ਮਾਂ ਕਹੂਗੀ ਭਾਈ ਮੈਂ 50,000 ਭਰਨ ਨੂੰ ਤਿਆਰ ਹਾਂ ਕਿ ਮੇਰਾ ਪੁੱਤ ਪੀਣ ਲੱਗ ਜਾਏਗਾ ਸਰਕਾਰੀ ਨੌਕਰੀ ਲੱਗ ਜਾਏਗਾ
ਜੇ ਕਿਸੇ ਮਾਂ ਨੂੰ ਕਹਿ ਦਈਏ ਕਿ ਤੇਰਾ ਪੁੱਤ ਕਲਰ ਕਲਵਾ ਦਈਏ ਤੇ ਲੱਖ ਰੁਪਏ ਦਾ ਖਰਚਾ ਆਊ, ਤਾਂ ਮਾਂ ਕਹੂਗੀ ਭਾਈ ਮੈਂ ਲੱਖ ਰੁਪਏ ਪਰ ਨੂੰ ਤਿਆਰ ਆ, ਮੇਰੇ ਪੁੱਤ ਕਲਰ ਕਲਾ ਜਾਏਗਾ, ਸਰਕਾਰੀ ਨੌਕਰੀ ਲੱਗ ਜਾਏਗਾ। ਜੇ ਕਿਸੇ ਮਾਂ ਨੂੰ ਕਹੀਏ ਕਿ ਤੇਰਾ ਪੁੱਤ ਸਾਧ ਬਣਾ ਦਈਏ, ਉਹ ਕਦੇ ਨਾ ਮੰਨੂ, ਸੋ ਗਾਲਾ ਕੱਢੂ ਕਿ ਤੈਨੂੰ ਮੇਰਾ ਪੁੱਤ ਮਿਲਿਆ ਸੀ ਸਾਧ ਬਣਾਉਣ ਨੂੰ। ਇਸ ਲਈ ਉਹ ਮਾਵਾਂ ਧਾਨੇ ਨੇ ਜਿਹਨਾਂ ਦੇ ਪੁੱਤ ਸਾਧ ਹੋ ਗਿਆ, ਤਾੜੀ ਲਾ ਕੇ ਧਨ ਧਨ ਨੇ ਉਹਨਾਂ ਦੀਆਂ ਮਾਵਾਂ, ਧਨ ਧਨ ਨੇ ਉਹਨਾਂ ਦੀਆਂ ਮਾਵਾਂ, ਜਿਨ੍ਹਾਂ ਦੇ ਪੁੱਤ ਸਾਧ ਹੋ ਗਏ, ਧਨ ਧਨ ਨੇ ਉਹਨਾਂ ਦੀਆਂ ਮਾਵਾਂ, ਜਿਨ੍ਹਾਂ ਦੇ ਪੁੱਤ ਸਾਧ ਹੋ ਗਏ, ਧਨ ਧਨ ਨੇ ਉਹਨਾਂ ਦੀਆਂ ਮਾਵਾਂ, ਜਿਨ੍ਹਾਂ ਦੇ ਪੁੱਤ ਸਾਧ ਹੋ ਗਏ, ਧਨ ਧਨ ਨੇ ਉਹਨਾਂ ਦੀਆਂ ਮਾਵਾਂ, ਜਿਨ੍ਹਾਂ ਦੇ ਪੁੱਤ ਸਾਧ ਹੋ ਗਏ। ਸਾਧੂ ਖੜੇ ਬਾਜ਼ਾਰ ਮੇ ਸਬਕੀ ਮਾਂਗੇ ਖੈ, 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 ਨਾ ਕਹੂ ਸੇ ਦੋਸਤੀ, ਨਾ ਕਹੂ ਸੇ ਦੋਸਤੀ, ਨਾ ਕਹੂ ਸੇ ਦੋਸਤੀ, ਨਾ ਕਹੂ ਸੇ ਦੋਸਤੀ, ਅਰੇ ਨਾ ਕਹੂ ਸੇ ਮੈਂ ਸਾਧ ਨੇ ਉਹਨਾਂ ਦੀਆਂ ਮਾਵਾ, ਜੀਨਾ ਦੇ ਪੁੱਤ ਸਾਧ ਹੋ ਗਏ, ਸਾਧ ਧਨ ਦੇ ਉਹਨਾਂ ਦੀਆਂ ਮਾਵਾ, ਜੀਨਾ ਦੇ ਪੁੱਤ ਸਾਧ ਹੋ ਗਏ, ਧਨ ਧਨ ਨੇ ਉਹਨਾਂ ਦੀਆਂ ਮਾਵਾ, ਧਨ ਧਨ ਨੇ ਉਹਨਾਂ ਦੀਆਂ ਮਾਂ, ਜੀਨਾ ਦੇ ਪੁੱਤ ਨਾਮ ਜਪਦੇ, ਧਨ ਧਨ ਨੇ ਉਹਨਾਂ ਦੀਆਂ ਮਾਵਾ, ਜੀਨਾ ਦੇ ਪੁੱਤ ਨਾਮ ਜਪਦੇ, ਧਨ ਧਨ ਨੇ ਉਹਨਾਂ ਦੀਆਂ ਮਾਵਾਂ, ਜੀਨਾ ਦੇ ਪੁੱਤ ਨਾਮ ਜਪਦੇ, ਧਨ ਧਨ ਨੇ ਉਹਨਾਂ ਦੀਆਂ ਮਾਵਾਂ, ਜੀਨਾ ਦੇ ਪੁੱਤ ਨਾਮ ਜਪਦੇ। ਮੇਰੇ ਸਾਈਏ ਇਸ਼ਕ ਤੇਰਾ, ਮੇਰੇ ਸਾਈਏ ਇਸ਼ਕ ਤੇਰਾ, ਇਹ ਤੁਹਾਡੇ ਸਾਰੇ ਆਸ਼ਕਾਂ ਦੇ ਲਈ ਹੈ, ਤਾੜੀ ਲਾ ਕੇ ਮੇਰੇ ਨਾਲ ਸਾਥ ਮੇਰੇ ਨਾਲ ਹੋ ਕੇ ਕਹਿਣਾ, ਉਹ ਮੇਰੇ ਸਾਈਏ ਇਸ਼ਕ ਤੇਰਾ, ਮੇਰੇ ਸਾਈਏ ਇਸ਼ਕ ਤੇਰਾ, ਉਹ ਸਾਡੇ ਜੀਣ ਦਾ ਸਹਾਰਾ ਹੋ ਗਿਆ, ਉਹ ਮੇਰੇ ਸਾਈਏ ਇਸ਼ਕ ਤੇਰਾ, ਉਹ ਸਾਡੇ ਜੀਣ ਦਾ ਸਹਾਰਾ ਹੋ ਗਿਆ, ਮੇਰੇ ਸਾਈਏ ਇਸ਼ਕ ਤੇਰਾ, ਸਾਡੇ ਜੀਣ ਦਾ ਸਹਾਰਾ ਹੋ ਗਿਆ, ਮੇਰੇ ਸਾਈਏ ਇਸ਼ਕ ਤੇਰਾ, ਸਾਡੇ ਜੀਣ ਦਾ ਸਹਾਰਾ ਹੋ ਗਿਆ, ਮਗਰ ਵਾਲਿਆ ਦਰੀਏ ਤੇਰਾ, ਮਗਰ ਵਾਲਿਆ ਦਰੀਏ ਤੇਰਾ, ਸਾਨੂੰ ਜੰਗ ਨਾਲੋਂ ਪਿਆਰਾ ਹੋ ਗਿਆ, ਮੇਰੇ ਸਾਈਏ ਇਸ਼ਕ ਤੇਰਾ, ਉਹ ਸਾਡੇ ਜੀਣ ਦਾ ਸਹਾਰਾ ਹੋ ਗਿਆ, ਮੇਰੇ ਸਾਈਏ ਇਸ਼ਕ ਤੇਰਾ, ਸਾਡੇ ਜੀਣ ਦਾ ਸਹਾਰਾ ਹੋ ਗਿਆ। ਇਹ ਸਰਕਾਰ ਸਾਰੀ ਸੰਗਤ ਬੱਲੀਓ ਮੈਂ ਕਹਿਣ ਲੱਗਿਆ ਕੀ ਕਹਿੰਦੇ ਆ, ਤੱਕ ਤੱਕ ਤੈਨੂੰ ਮੇਰੀ ਅੱਖ ਨੀ ਉਹ ਰੱਜਦੀ, ਅੱਖ ਨੀ ਉਹ ਰੱਜਦੀ, ਓ ਤੱਕ ਤੱਕ ਤੈਨੂੰ ਮੇਰੀ ਅੱਖ ਨੀ ਉਹ ਰੱਜਦੀ, ਅੱਖ ਨੀ ਉਹ ਰੱਜਦੀ, ਓ ਤੱਕ ਤੱਕ ਤੈਨੂੰ ਮੇਰੀ ਅੱਖ ਨੀ ਉਹ ਰੱਜਦੀ, ਅੱਖ ਨੀ ਉਹ ਰੱਜਦੀ, ਓ ਤੱਕ ਤੱਕ ਤੈਨੂੰ ਮੇਰੀ ਅੱਖ ਨੀ ਉਹ ਰੱਜਦੀ, ਅੱਖ ਨੀ ਉਹ ਰੱਜਦੀ, ਅੱਖਾਂ ਚ ਵਸਾ ਕੇ ਤੈਨੂੰ ਅੱਖਾਂ ਫੀਰਾ ਕੱਜਦੀ, ਅੱਖਾਂ ਫੀਰਾ ਕੱਜਦੀ, ਅੱਖਾਂ ਚ ਵਸਾ ਕੇ ਤੈਨੂੰ ਅੱਖਾਂ ਫੀਰਾ ਕੱਜਦੀ, ਅੱਖਾਂ ਫੀਰਾ ਕੱਜਦੀ, ਤੈਨੂੰ ਵੇਖ ਲੈਣਾ ਚੰਦ ਸਖੀਆ, 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 ਤਾੜੀ ਲਾ ਕੇ ਟਕ 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 ਟਕ, ਉਹ ਸਾਨੂੰ ਰੱਬ ਦਾ ਨਜ਼ਾਰਾ ਹੋ ਗਿਆ, ਮੇਰੇ ਸਾਈਂ ਇਸ਼ਕ ਤੇਰਾ, ਸਾਡੇ ਜੀਣ ਦਾ ਸਹਾਰਾ ਹੋ ਗਿਆ, ਮੇਰੇ ਸਾਈਂ ਇਸ਼ਕ ਤੇਰਾ, ਸਾਡੇ ਜੀਣ ਦਾ ਸਹਾਰਾ ਹੋ ਗਿਆ, ਮੇਰੇ ਸਾਈਂ ਇਸ਼ਕ ਤੇਰਾ, ਸਾਡੇ ਜੀਣ ਦਾ ਸਹਾਰਾ ਹੋ ਗਿਆ, ਸੱਜਣਾ ਵੇ ਪਿਆਰੇ ਆਵੇ ਮਾਹੀ ਆਵੇ ਠੋਲੀਆ, ਮਾਹੀ ਆਵੇ ਠੋਲਿਆ, ਸੱਜਣਾ ਵੇ ਪਿਆਰੇ ਆਵੇ ਮਾਹੀ ਆਵੇ ਠੋਲਿਆ, ਮਾਹੀ ਆਵੇ ਠੋਲਿਆ,
ਸਾਜਣਾ ਵੇ ਪਿਆਰਿਆਂ ਵੇ ਮਾਹੀਆਂ ਵੇ ਢੋਲਿਆ ਮਾਹੀਆਂ ਵੇ ਢੋਲਿਆ ਆਹਾ ਸਾਜਣਾ ਵੇ ਪਿਆਰਿਆਂ ਵੇ ਮਾਹੀਆਂ ਵੇ ਢੋਲਿਆ ਮਾਹੀਆਂ ਵੇ ਢੋਲਿਆ ਮੈਨੂੰ ਚੰਗਾ ਲੱਗਦਾ ਨੀ ਕਿਸੇ ਨਾਲ ਬੋਲਣਾ ਕਿਸੇ ਨਾਲ ਨੀ ਬੋਲਣਾ ਮੈਨੂੰ ਚੰਗਾ ਲੱਗਦਾ ਨੀ ਕਿਸੇ ਨਾਲ ਬੋਲਣਾ ਕਿਸੇ ਨਾਲ ਬੋਲਣਾ ਮੈਨੂੰ ਚੰਗਾ ਲੱਗਦਾ ਨੀ ਕਿਸੇ ਨਾਲ ਬੋਲਣਾ ਕਿਸੇ ਨਾਲ ਬੋਲਣਾ ਮੈਨੂੰ ਚੰਗਾ ਲੱਗਦਾ ਨੀ ਕਿਸੇ ਨਾਲ ਬੋਲਣਾ ਕਿਸੇ ਨਾਲ ਬੋਲਣਾ ਉਹ ਕਿਤੇ ਪਿਆਰ ਵਾਲੀ ਸਾਡੇ ਉੱਤੇ ਸ਼ਾਨ ਕਿਤੇ ਪਿਆਰ ਵਾਲੀ ਸਾਡੇ ਉੱਤੇ ਸ਼ਾਨ ਜਿਹਦੇ ਜਿਹਦੇ ਵੀ ਸਾਈਂ ਤੇ ਪਿਆਰ ਵਾਲੀ ਸ਼ਾਨ ਹੋਈ ਹੱਥ ਕਰ ਕੇ ਸਬੂਤ ਦਿਓ ਦੱਸੋ ਕਿਤੇ ਪਿਆਰ ਵਾਲੀ ਸਾਡੇ ਉੱਤੇ ਸ਼ਾਨ 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 ਭਾਈ ਤਾੜੀਆਂ ਕਿੱਥੇ ਆ ਤਾੜੀ ਲਾਗੇ ਉਹ ਸਾਡਾ ਵੀ ਗੁਜ਼ਾਰਾ ਹੋ ਗਿਆ ਮੇਰੇ ਸਾਈਏ ਇਸ਼ਕ ਤੇਰਾ ਸਾਡੇ ਜੀਣ ਦਾ ਸਹਾਰਾ ਹੋ ਗਿਆ ਮੇਰੇ ਸਾਈਏ ਇਸ਼ਕ ਤੇਰਾ ਸਾਡੇ ਜੀਣ ਦਾ ਸਹਾਰਾ ਹੋ ਗਿਆ ਮੇਰੇ ਸਾਈਏ ਇਸ਼ਕ ਤੇਰਾ ਸਾਡੇ ਜੀਣ ਦਾ ਸਹਾਰਾ ਹੋ ਗਿਆ ਮੇਰੇ ਸਾਈਏ ਇਸ਼ਕ ਤੇਰਾ ਸਾਡੇ ਜੀਣ ਦਾ ਸਹਾਰਾ ਹੋ ਗਿਆ ਉਨਕਾ ਮੰਗਤਾ ਹੂੰ ਜੋ ਮੰਗਤਾ ਨਹੀਂ ਹੋਣ ਦੇਤੇ ਉਨਕਾ ਮੰਗਤਾ ਹੂੰ ਜੋ ਮੰਗਤਾ ਨਹੀਂ ਹੋਣ ਦੇਤੇ ਮੇਰੇ ਆਗਾ ਮੁਝੇ ਰਸਵਾ ਨਹੀਂ ਹੋਣ ਦੇਤੇ ਕਿਉਂਕਿ ਸਰਕਾਰ ਬੇਸਮਝ ਜ਼ਮਾਨਾ ਕੀ ਜਾਣੇ ਉਹ ਕਾਹਦੇ ਨਾਲ ਸ਼ਹੀਦ ਕਰੇ ਬੇਸਮਝ ਜ਼ਮਾਨਾ ਕੀ ਜਾਣੇ ਉਹ ਕਾਹਦੇ ਨਾਲ ਸ਼ਹੀਦ ਕਰੇ ਉਹਦੇ ਹੱਥ ਵਿੱਚ ਕੋਈ ਤਲਵਾਰ ਵੀ ਨਹੀਂ ਉਹਦਾ ਖਾਲੀ ਜਾਂਦਾ ਵਾਰ ਵੀ ਕਿਉਂਕਿ ਇਸ਼ਕ ਦੇ ਬਾਜ਼ਾਰ ਮੈਂ ਗਲਤ ਨਹੀਂ ਦੇਖੀ ਜਾਂਦੀ ਜਦੋਂ ਇਸ਼ਕ ਹੋ ਜਾਵੇ ਫਿਰ ਸੂਰਤ ਨਹੀਂ ਦੇਖੀ ਜਾਂਦੀ ਤਾਂ ਹੀ ਤਾਂ ਗਿਆ ਲਾਡ ਸ਼ਾਇਦ ਅਰੀਏ ਤੇਰਾ ਲਾਡ ਸ਼ਾਇਦ ਅਰੀਏ ਤੇਰਾ ਲਾਡ ਸ਼ਾਇਦ ਅਰੀਏ ਤੇਰਾ ਲਾਡ ਸ਼ਾਇਦ ਅਰੀਏ ਤੇਰਾ ਹਾ ਸਾੜੀ ਲਾਗੇ ਉਹ ਸਾਨੂੰ ਜਾਗੇ ਨਾਲੋਂ ਪਿਆਰਾ ਹੋ ਗਿਆ ਮੇਰੇ ਸਾਈਂ ਇਸ਼ਕ ਤੇਰਾ ਸਾਡੇ ਜੀਣ ਦਾ ਸਹਾਰਾ ਹੋ ਗਿਆ ਮੇਰੇ ਸਾਈਂ ਇਸ਼ਕ ਤੇਰਾ ਸਾਡੇ ਜੀਣ ਦਾ ਸਹਾਰਾ ਹੋ ਗਿਆ ਮੇਰੇ ਸਾਈਂ ਇਸ਼ਕ ਤੇਰਾ ਸਾਡੇ ਜੀਣ ਦਾ ਸਹਾਰਾ ਹੋ ਗਿਆ ਮੇਰੇ ਸਾਈਂ ਇਸ਼ਕ ਤੇਰਾ ਸਾਡੇ ਜੀਣ ਦਾ ਸਹਾਰਾ ਹੋ ਗਿਆ ਮੇਰੇ ਸਾਈਂ ਇਸ਼ਕ ਤੇਰਾ ਇਸ ਇਸ਼ਕ ਦੀ ਬਸਤੀ ਵਿੱਚ ਆ ਕੇ ਇਸ ਇਸ਼ਕ ਦੀ ਬਸਤੀ ਵਿੱਚ ਇਸ਼ਕ ਦੀ ਬਸਤੀ ਵਿੱਚ ਆ ਕੇ ਇਸ਼ਕ ਦੀ ਬਸਤੀ ਵਿੱਚ ਆ ਕੇ ਅਸੀਂ ਆਪਣਾ ਆਪ ਗਵਾ ਬੈਠੇ 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 ਬਾਬਾ ਜਾਣ ਕੇ ਮੁਕਣਾ ਸਜਣਾ ਦਾ ਜਾਣ ਕੇ ਮੁਕਣਾ ਸਜਣਾ ਦਾ ਬਾਬਾ ਜਾਣ ਕੇ ਮੁਕਣਾ ਸਜਣਾ ਦਾ ਬਾਬਾ ਜਾਣ ਕੇ ਮੁਕਣਾ ਸਜਣਾ ਦਾ ਮੁਰਸ਼ਦ ਨੂੰ ਸੀਸ ਝੁਕਾ ਬੈਠੇ ਮੇਰੇ ਸਾਈਂ ਇਸ਼ਕ ਤੇਰਾ ਸਾਡੇ ਜੀਣ ਦਾ ਸਹਾਰਾ ਹੋ ਗਿਆ ਜਿਸ ਮੇਲੇ ਵਿੱਚ ਯਾਰ ਨਾ ਹੋਵੇ ਉਹ ਮੇਲਾ ਕੀ ਮੇਲਾ ਤਾੜੀ ਲਗੇ ਮੇਰੇ ਸਾਈਂ ਇਸ਼ਕ ਤੇਰਾ ਮੇਰੇ ਸਾਈਂ ਇਸ਼ਕ ਤੇਰਾ ਮੇਰੇ ਸਾਈਂ ਦਰੀ ਤੇਰਾ ਮੇਰੇ ਸਾਈਂ ਇਸ਼ਕ ਤੇਰਾ ਸਾਡੇ ਜੀਣ ਦਾ ਸਹਾਰਾ ਹੋ ਗਿਆ ਮੇਰੇ ਸਾਈਂ ਇਸ਼ਕ ਤੇਰਾ ਸਾਡੇ ਜੀਣ ਦਾ ਸਹਾਰਾ ਹੋ ਗਿਆ
ਸਾਡੇ ਜੀਣ ਦਾ ਸਹਾਰਾ ਹੋ ਗਿਆ, ਸਾਡੇ ਜੀਣ ਦਾ ਸਹਾਰਾ ਹੋ ਗਿਆ, ਸਾਡੇ ਜੀਣ ਦਾ ਸਹਾਰਾ ਹੋ ਗਿਆ, ਸਾਡੇ ਜੀਣ ਦਾ ਸਹਾਰਾ ਹੋ ਗਿਆ। ਹਮੇ ਔਰ ਜੀਨੇ ਕੀ ਚਾਹਤ ਨਾ ਹੋਤੀ, ਅਗਰ ਤੁਮ ਨਾ ਹੋਤੇ, ਅਗਰ ਤੁਮ ਨਾ ਹੋਤੇ। ਹਮੇ ਔਰ ਜੀਨੇ ਕੀ ਚਾਹਤ ਨਾ ਹੋਤੀ, ਅਗਰ ਤੁਮ ਨਾ ਹੋਤੇ, ਅਗਰ ਤੁਮ ਨਾ ਹੋਤੇ। ਹਮੇ ਔਰ ਜੀਨੇ ਕੀ ਚਾਹਤ ਨਾ ਹੋਤੀ, ਅਗਰ ਤੁਮ ਨਾ ਹੋਤੇ, ਅਗਰ ਤੁਮ ਨਾ ਹੋਤੇ। ਹਮੇ ਔਰ ਜੀਨੇ ਕੀ ਚਾਹਤ ਨਾ ਹੋਤੀ, ਅਗਰ ਤੁਮ ਨਾ ਹੋਤੇ, ਅਗਰ ਤੁਮ ਨਾ ਹੋਤੇ। ਆ ਗਿਆ ਕੀ ਮੀਰਾ ਗੌਸ਼ ਦਾ ਮੰਗਤਾ, ਹਾਂ 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 ਉਹਦੀ ਮਰਦਾ ਗਹਿਰਾਤੇ, ਮੀਰਾ ਗੌਸ਼ ਦਾ ਮੰਗਤਾ, ਹਾਂ ਚਾਰ ਪੀਰ ਦਾ ਮੰਗਤਾ, ਹਾਂ ਚਾਰ ਪੀਰ ਦਾ ਮੰਗਤਾ, ਹਾਂ ਉਹਦੀ ਮਰਦਾ ਗਹਿਰਾਤੇ, ਚਾਰ ਪੀਰ ਦਾ ਮੰਗਤਾ, ਹਾਂ ਮਰਦਾ ਗਹਿਰਾਤੇ। ਬਾਪੂ ਨੂੰ ਮਨਾ ਲੈਣਾ ਉਹ ਸਿਰ ਰੱਖ ਕੇ ਪੈਰਾਂ ਤੇ, ਮੀਰਾ ਗੌਸ਼ ਦਾ ਮੰਗਤਾ, ਹਾਂ ਮਰਦਾ ਪੈਰਾਂ ਤੇ, ਬਾਪੂ ਨੂੰ ਮਨਾ ਲੈਣਾ ਸਿਰ ਰੱਖ ਕੇ ਪੈਰਾਂ ਤੇ, ਲਾਡੀ ਸ਼ਾਹ ਦਾ ਮੰਗਤਾ, ਹਾਂ ਲਾਡੀ ਸ਼ਾਹ ਦਾ ਮੰਗਤਾ, ਲਾਡੀ ਸ਼ਾਹ ਦਾ ਮੰਗਤਾ, ਹਾਂ ਲਾਡੀ ਸ਼ਾਹ ਦਾ ਮੰਗਤਾ, ਹਾਂ ਰਾਜ ਸ਼ਾਹ ਦਾ ਮੰਗਤਾ, ਹਾਂ ਰਾਜ ਸ਼ਾਹ ਦਾ ਮੰਗਤਾ, ਹਾਂ ਸ਼ੇਰ ਸ਼ਾਹ ਦਾ ਮੰਗਤਾ, ਹਾਂ ਸ਼ੇਰ ਸ਼ਾਹ ਦਾ ਮੰਗਤਾ, ਹਾਂ ਨਹੀਂ ਮਰਦਾ ਗਹਿਰਾ ਤੇ, ਨਹੀਂ ਮਰਦਾ ਗਹਿਰਾ ਤੇ, ਬਾਪੂ ਨੂੰ ਮਨਾ ਲੈਣਾ ਉਹ ਸਿਰ ਰੱਖ ਕੇ ਪੈਰਾਂ ਤੇ, ਨਹੀਂ ਮਰਦਾ ਗਹਿਰਾ ਤੇ, ਬਾਪੂ ਨੂੰ ਮਨਾ ਲੈਣਾ ਸਿਰ ਰੱਖ ਕੇ ਪੈਰਾਂ ਤੇ। ਸੋਹਣੇ ਜਗਤੇ ਹੋਏ ਕਰੋਨਾ ਸਭ ਤੇਰੇ ਤੋਂ ਥੱਲੇ, ਸੋਹਣੇ ਜਗਤੇ ਹੋਏ ਕਰੋਨਾ ਸਭ ਤੇਰੇ ਤੋਂ ਥੱਲੇ। ਭਾਈ ਬਚਾ ਕੇ ਬਚਾ ਕੇ, ਥੋੜਾ ਜਿਹਾ ਹਵਾ ਚੱਲ ਰਹੀ ਹੈ ਮਾੜਾ ਪਿੱਛੇ ਕਰ ਦੇ। ਸਾਰੇ ਘਾਰੇ ਸਾਰੇ ਦਫਾਨੀ ਦੀਫਾਨੀ ਦੀਫਾਨੀ ਸਾਰੇ ਘਾਰੇ ਸਾਰੇ, ਸੋਹਣੇ ਜਗਤੇ ਹੋਏ ਕਰੋਨਾ ਸਭ ਤੇਰੇ ਤੋਂ ਥੱਲੇ, ਸੋਹਣੇ ਜਗਤੇ ਹੋਏ ਕਰੋਨਾ ਸਭ ਤੇਰੇ ਤੋਂ ਥੱਲੇ। ਸਾਰੀ ਦੁਨੀਆ ਰੱਬ ਵੱਲ ਤੱਕਦੀ, ਰੱਬ ਤੱਕਦਾ ਤੇਰੇ ਵੱਲੇ, ਸਾਰੀ ਦੁਨੀਆ ਰੱਬ ਵੱਲ ਤੱਕਦੀ, ਰੱਬ ਤੱਕਦਾ ਤੇਰੇ ਵੱਲੇ। ਤੂੰ ਆਇਆ ਤੇ ਜਗ ਵਿੱਚ ਸਾਰੇ, ਆਇਆ ਤੇ ਜਗ ਵਿੱਚ ਸਾਰੇ, ਤੂੰ ਆਇਆ ਤੇ ਜਗ ਵਿੱਚ ਸਾਰੇ, ਆਇਆ ਤੇ ਜਗ ਵਿੱਚ ਸਾਰੇ। ਹੋ ਗਈ ਬੱਲੇ ਬੱਲੇ ਮੀਰਾ ਗੌਸ਼ ਦਾ ਮੰਗਤਾ, ਮੀਰਾ ਗੌਸ਼ ਦਾ ਮੰਗਤਾ, ਹਾਂ ਸੁਰਿੰਦਰ ਸ਼ਾਹ ਦਾ ਮੰਗਤਾ, ਹਾਂ ਸੁਰਿੰਦਰ ਸ਼ਾਹ ਦਾ ਮੰਗਤਾ, ਹਾਂ ਉਹਦੀ ਮਰਦਾ ਗਹਿਰਾ ਤੇ, ਸੁਰਿੰਦਰ ਸ਼ਾਹ ਦਾ ਮੰਗਤਾ, ਮਰਦਾ ਗਹਿਰਾ ਤੇ। ਬਾਪੂ ਨੂੰ ਮਨਾ ਲੈਣਾ ਸਿਰ ਰੱਖ ਕੇ ਪੈਰਾਂ ਤੇ, ਸੁਰਿੰਦਰ ਸ਼ਾਹ ਦਾ ਮੰਗਤਾ, ਹਾਂ ਨਹੀਂ ਮਰਦਾ ਗਹਿਰਾ ਤੇ, ਬਾਪੂ ਨੂੰ ਮਨਾ ਲੈਣਾ ਸਿਰ ਰੱਖ ਕੇ ਪੈਰਾਂ ਤੇ। ਜਮ
ਜ਼ਮਾਨੇ ਤੋਂ ਕੀ ਲੈਣਾ ਏ 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 ਮੈਨੂੰ ਤੇਰਾ ਪਿਆਰ ਕਾਫੀ ਹੈ ਜ਼ਮਾਨੇ ਤੋਂ ਕੀ ਲੈਣਾ ਏ ਤੂੰ ਤੇਰਾ ਪਿਆਰ ਕਾਫੀ ਹੈ ਜ਼ਮਾਨੇ ਤੋਂ ਕੀ ਲੈਣਾ ਏ ਮੈਨੂੰ ਤੇਰਾ ਪਿਆਰ ਕਾਫੀ ਹੈ ਜ਼ਮਾਨੇ ਤੋਂ ਕੀ ਲੈਣਾ ਏ ਮੈਨੂੰ ਤੇਰਾ ਪਿਆਰ ਕਾਫੀ ਹੈ ਅੱਜ ਕਿਹਨੂੰ ਕਿਹਨੂੰ ਸਾਈਂ ਦਾ ਪਿਆਰ ਚਾਹੀਦਾ ਪੂਰੇ ਹੱਥ ਖੜੇ ਕਰੋ ਭਾਈ ਕਿਉਂਕਿ ਜੀ ਮੈਂ ਪਹਿਲਾਂ ਵੀ ਕਿਹਾ ਕਿਉਂਕਿ ਜਿਹਨਾਂ ਦੇ ਹੱਥ ਹੋਣਗੇ ਉੱਚਣ ਦੇ ਭਾਗ ਜਾਗਣਗੇ ਸੁੱਤੇ ਜਿਹਨਾਂ ਦੇ ਹੱਥ ਹੋਣਗੇ ਵਿੱਚ ਕਾਰੋਬਾਰ ਦੇ ਨਾ ਉਪਾਰ ਜਿਹਨਾਂ ਦੇ ਹੱਥ ਹੋਣਗੇ ਥੱਲੇ ਉਹਨਾਂ ਨੇ ਕੁਝ ਨਹੀਂ ਪੈਣਾ ਪਹਿਲੇ ਤੁਸੀਂ ਹੱਥ ਖੜੇ ਕਰਕੇ ਕਿਉਂਕਿ ਜਿਹੜਾ ਇਸ ਦਰਬਾਰ 'ਤੇ ਆ ਕੇ ਸੰਗ ਗਿਆ ਜਿਹੜਾ ਇਸ ਹੱਕ ਸੱਚ ਦੇ ਦਰਬਾਰ 'ਤੇ ਆ ਕੇ ਸੰਗ ਗਿਆ ਉਹ ਰਹਿ ਗਿਆ ਜਿਹੜਾ ਸੰਗਿਆ ਨਹੀਂ ਇਸ ਦਰਬਾਰ ਤੋਂ ਲੈ ਗਿਆ ਆੜੀ ਲਾ ਗਿਆ ਕੀ ਕਹਿਣਾ ਜ਼ਮਾਨੇ ਤੋਂ ਕੀ ਲੈਣਾ ਏ ਜ਼ਮਾਨੇ ਤੋਂ ਕੀ ਜ਼ਮਾਨੇ ਤੋਂ ਕੀ ਲੈਣਾ ਏ ਜ਼ਮਾਨੇ ਤੋਂ ਕੀ ਲੈਣਾ ਏ ਮੈਨੂੰ ਤੇਰਾ ਪਿਆਰ ਕਾਫੀ ਹੈ ਜ਼ਮਾਨੇ ਤੋਂ ਕੀ ਲੈਣਾ ਏ ਤੂੰ ਤੇਰਾ ਪਿਆਰ ਕਾਫੀ ਹੈ ਜ਼ਮਾਨੇ ਤੋਂ ਕੀ ਲੈਣਾ ਏ ਮੈਨੂੰ ਤੇਰਾ ਪਿਆਰ ਕਾਫੀ ਹੈ ਜ਼ਮਾਨੇ ਤੋਂ ਕੀ ਲੈਣਾ ਏ ਮੈਨੂੰ ਤੇਰਾ ਪਿਆਰ ਕਾਫੀ ਹੈ ਜ਼ਮਾਨੇ ਤੋਂ ਕੀ ਲੈਣਾ ਏ ਮੈਨੂੰ ਤੇਰਾ ਪਿਆਰ ਕਾਫੀ ਹੈ 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 ਕੀ ਕਰਨਾ ਬਹੁਤਿਆਂ ਯਾਰਾਂ ਨੂੰ 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 ਸਾਡਾ ਉਹ ਯਾਰ ਕਾਫੀ ਹੈ ਸਾਡਾ ਉਹ ਯਾਰ ਕਾਫੀ ਹੈ ਕੀ ਕਰਨਾ ਬਹੁਤਿਆਂ ਯਾਰਾਂ ਨੂੰ ਸਾਡਾ ਉਹ ਯਾਰ ਕਾਫੀ ਹੈ ਕੀ ਕਰਨਾ ਬਹੁਤਿਆਂ ਯਾਰਾਂ ਨੂੰ ਸਾਡਾ ਉਹ ਯਾਰ ਕਾਫੀ ਹੈ ਰੋਸ਼ਨੀ ਚਾਂਦ ਸੇ ਹੋਤੀ ਹੈ ਸਿਤਾਰੋਂ ਸੇ ਨਹੀਂ ਰੋਸ਼ਨੀ ਚਾਂਦ ਸੇ ਹੋਤੀ ਹੈ ਸਿਤਾਰੋਂ ਸੇ ਨਹੀਂ ਦੋਸਤੀ ਏਕ ਸੇ ਹੋਤੀ ਹੈ ਹਜ਼ਾਰੋਂ ਸੇ ਨਹੀਂ ਕਿਉਂਕਿ ਕਿਉਂ ਜਾਵਾਂ ਮੈਂ ਗੈਰਾਂ ਦੇ ਖਸਮ ਕਮਾਲ ਹੈ ਮੇਰਾ ਕਿਉਂ ਜਾਵਾਂ ਮੈਂ ਗੈਰਾਂ ਦੇ ਜਦ ਖਸਮ ਕਮਾਲ ਹੈ ਮੇਰਾ ਗੌਸਾ ਲਾਜ਼ਮ ਬੋਰਡ ਸ਼ਤਾਬੀ ਅੱਜ ਤਰਿਆ ਡੁੱਬੀ ਦਾ ਬੇੜਾ ਤਾਂ ਕਿਹਾ ਕੀ ਕੀ ਕਰਨਾ ਬਹੁਤਿਆਂ ਯਾਰਾਂ ਨੂੰ ਕੀ ਕਰਨਾ ਯਾਰਾਂ ਨੂੰ ਕੀ ਕਰਨਾ ਬਹੁਤਿਆਂ ਯਾਰਾਂ ਨੂੰ ਕੀ ਕਰਨਾ ਬਹੁਤਿਆਂ ਯਾਰਾਂ ਨੂੰ ਸਾਡਾ ਉਹ ਯਾਰ ਕਾਫੀ ਹੈ ਬਹੁਤਿਆਂ ਯਾਰਾਂ ਨੂੰ ਸਾਡਾ ਉਹ ਯਾਰ ਕਾਫੀ ਹੈ ਕੀ ਕਰਨਾ ਬਹੁਤਿਆਂ ਯਾਰਾਂ ਨੂੰ ਸਾਡਾ ਉਹ ਯਾਰ ਕਾਫੀ ਹੈ ਕੀ ਕਰਨਾ ਬਹੁਤਿਆਂ ਯਾਰਾਂ ਨੂੰ ਸਾਡਾ ਉਹ ਯਾਰ ਕਾਫੀ ਹੈ ਜਿੱਦਣ ਦਾ ਸੋਹਣਾ ਮਿਲਿਆ ਹੈ ਮੈਨੂੰ ਤਾਂ ਹੋਸ਼ ਰਹੀ ਆਪਣੀ 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 ਰੋਗਾਂ ਦਾ ਹੱਲ ਮਿਲ ਗਿਆ ਏ 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 ਉਹਦਾ ਦੀਦਾਰ ਕਾਫੀ ਹੈ ਰੋਗਾਂ ਦਾ ਹੱਲ ਮਿਲ ਗਿਆ ਏ ਉਹਦਾ ਦੀਦਾਰ ਕਾਫੀ ਹੈ ਰੋਗਾਂ ਦਾ ਹੱਲ ਮਿਲ ਗਿਆ ਏ ਉਹਦਾ ਦੀਦਾਰ ਕਾਫੀ ਹੈ ਰੋਗਾਂ ਦਾ ਹੱਲ ਮਿਲ ਗਿਆ ਏ ਉਹਦਾ ਦੀਦਾਰ ਕਾਫੀ ਹੈ ਕੀ ਜਾਣਾ ਕੀ ਜਾਣਾ ਪੱਕੇ ਨੂੰ ਸੱਜਣਾ ਸਾਡਾ ਤੇ ਘਰ ਵਿੱਚ ਹੱਜ ਹੋਵੇ 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 ਕੀ ਜਾਣਾ ਮੱਕੇ ਨੂੰ ਸੱਜਣਾ ਸਾਡਾ ਤੇ ਘਰ ਵਿੱਚ ਹੱਜ ਹੋਵੇ ਮੈਂ ਦਰ ਦਰ ਤੇ ਕਿਉਂ ਮੰਗਾ 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 ਉਹ ਤਾਂ ਦਰਬਾਰ ਕਾਫੀ ਹੈ ਕਿਉਂ ਮੰਗਾ ਉਹਦਾ ਦਰਬਾਰ ਕਾਫੀ ਹੈ ਦਰ ਦਰ ਤੇ ਕਿਉਂ ਮੰਗਾ ਉਹਦਾ ਦਰਬਾਰ ਕਾਫੀ ਹੈ ਉਹਦਾ ਦਰਬਾਰ ਕਾਫੀ ਹੈ ਉਹਦਾ ਦਰ
ਦਰਬਾਰ ਕਾਫੀ ਹੈ, ਉਹਦਾ ਦਰਬਾਰ ਕਾਫੀ ਹੈ, ਉਹਦਾ ਦਰਬਾਰ ਕਾਫੀ ਹੈ। ਤਾੜੀ ਲਾਓ ਜੀ, ਬੋਲ ਸੱਚੇ ਦਰਬਾਰ ਕੀ, ਜੈਕਾਰਾ ਮਸਤ ਵਾਲੀਆਂ ਦਾ, ਬੋਲ ਸੱਚੇ ਦਰਬਾਰ ਕੀ, ਸੱਚੇ ਦਰਬਾਰ। ਬੋਲ ਸੱਚੇ ਦਰਬਾਰ ਕੀ, ਬੋਲ ਸੱਚੇ ਦਰਬਾਰ ਕੀ, ਬੋਲ ਸੱਚੇ ਦਰਬਾਰ ਕੀ, ਵਾਹ, ਬੋਲ ਸੱਚੇ ਦਰਬਾਰ ਕੀ ਜੈ। ਵਧੀ ਵਧੀ ਚੌਥੇ ਤੋਂ ਪੈਰ ਵੀ, ਚੌਥੇ ਤੋਂ ਪੈਰ ਵੀ ਸੁਣੀ ਸੁਣੀ ਲਓ ਜੀ। ਗੁਲਾਮ ਸਾਈਂ ਲਾਡੀ ਸ਼ਾਹ ਸਰਕਾਰ, ਕਿਉਂਕਿ ਤੂੰ ਸਕੀ ਤੇਰੀ ਜੱਤ ਸਕੀ, ਤੂੰ ਸਕੀਆਂ ਦਾ ਦੋਤਾ ਪੋਤਾ, ਉਹਨਾਂ ਦੀ ਯਾਦ ਵਿੱਚ ਕਲਾਮ ਗਿਆ। ਕਹਿਣ ਗੁਲਾ ਮਾਂ ਦਾ ਸਾਨੂੰ ਮਾਣ ਹੈ ਕਾਦਾ, ਅਸੀਂ ਸਿਦਕ ਮੌਲਾ ਰੱਖ ਸਕਦੇ ਨਾ। ਕਹਿਣ ਗੁਲਾ ਮਾਂ ਦਾ ਸਾਨੂੰ ਮਾਣ ਹੈ ਕਾਦਾ, ਅਸੀਂ ਸਿਦਕ ਮੌਲਾ ਰੱਖ ਸਕਦੇ ਨਾ। ਜੇ ਮੈਂ ਰੋਜ਼ ਆਵਾਂ ਇੱਥੋਂ ਫੈਜ਼ ਪਾਵਾਂ, ਤੁਸੀਂ ਖਾਲੀ ਬੂਹੇ ਉੱਤੋਂ ਥੱਕਦੇ ਨਾ, ਮੈਂ ਗੁਨਾਹ ਕਰਦਾ ਥੱਕ ਜਾਣਾ, ਉਹ ਤੁਸੀਂ ਬਖਸ਼ ਦੇ ਬਖਸ਼ ਦੇ ਥੱਕਦੇ ਨਾ। ਹਾਂ, ਮੈਂ ਗੁਨਾਹ ਕਰਦਾ ਕਰਦਾ ਥੱਕ ਜਾਂਦਾ, ਤੁਸੀਂ ਬਖਸ਼ ਦੇ ਥੱਕ ਦੇਣਾ, ਕਿਉਂਕਿ ਇਨਸਾਨ ਗੁਨਾਹਗਾਰ ਹੈ ਉਹ ਬਖਸ਼ਨਹਾਰ ਹੈ, ਕਿਉਂਕਿ ਦਰਦਮੰਦ ਦਰਵੇਸ਼ ਤੇ ਬੇਦਰਦ ਕਸਾਈ, ਕਸਾਈ ਨੂੰ ਕੋਈ ਦਰਦ ਨਹੀਂ ਹੁੰਦਾ, ਕਿਉਂਕਿ ਦਰਦਮੰਦ ਦਰਵੇਸ਼ ਹੁੰਦੇ, ਜਿਹੜੇ ਫਕੀਰ ਹੁੰਦੇ ਦਰਦਮੰਦ ਹੁੰਦੇ। ਤਾਂ ਕਿਹਾ ਕਿ ਮੇਰਾ ਲਿਖ ਲੈ ਗੁਲਾਮਾਂ ਵਿੱਚ ਨਾ, ਮੇਰਾ ਲਿਖ ਲੈ ਗੁਲਾਮਾਂ ਵਿੱਚ ਨਾ, ਮੇਰਾ ਨਾ, ਮੇਰਾ ਲਿਖ ਲੈ ਗੁਲਾਮਾਂ ਵਿੱਚ ਨਾ, ਮੇਰਾ ਲਿਖ ਲੈ ਗੁਲਾਮਾਂ ਵਿੱਚ ਨਾ, ਮੈਨੂੰ ਦੇ ਕਦਮਾਂ ਵਿੱਚ ਥਾਂ, ਮੈਨੂੰ ਦੇ ਕਦਮਾਂ ਵਿੱਚ ਥਾਂ, ਅੱਲਾ ਦੀ ਸ਼ੋ ਮੈਂ ਕਰਦਾ, ਮੇਰਾ ਲਿਖ ਲੈ ਗੁਲਾਮਾਂ ਵਿੱਚ ਨਾ, ਮੇਰਾ ਲਿਖ ਲੈ ਗੁਲਾਮਾਂ ਵਿੱਚ ਨਾ, ਮੈਨੂੰ ਦੇ ਕਦਮਾਂ ਵਿੱਚ ਥਾਂ, ਅੱਲਾ ਦੀ ਸ਼ੋ ਮੈਂ ਕਰਦਾ, ਮੇਰਾ ਲਿਖ ਲੈ ਗੁਲਾਮਾਂ ਵਿੱਚ ਨਾ, ਮੇਰਾ ਲਿਖ ਲੈ
ਬਾਬਾ ਤੇਰੀ ਬੰਦੀਆਂ ਮੇਰਾ ਲਿਖ ਲੈ ਗੁਲਾਬਾ ਵਿੱਚ ਮੇਰਾ ਲਿਖ ਲੈ ਗੁਲਾਬਾ ਵਿੱਚ ਕਦਮਾਂ ਵਿੱਚ ਥਾਂ ਅੱਲਾ ਦੀ ਸੋ ਮੈਂ ਤਰ ਜਾ ਸਾਈਂ ਦੇ ਵਿੱਚ ਬਦਨਾਮ ਹੋਵਾ ਇਸ਼ਕ ਸਾਈਂ ਦੇ ਵਿੱਚ ਬਦਨਾਮ ਹੋਵਾ ਇਸ਼ਕ ਸਾਈਂ ਦੇ ਵਿੱਚ ਬਦਨਾਮ ਹੋਵਾ ਇਸ਼ਕ ਸਾਈਂ ਦੇ ਵਿੱਚ ਬਦਨਾਮ ਹੋਵਾ ਮੈਨੂੰ ਇਹ ਬਦਨਾਮੀ ਚੰਗੀ ਏ ਮੈਨੂੰ ਇਹ ਬਦਨਾਮੀ ਚੰਗੀ ਏ ਦੁਨੀਆ ਦੇ ਤਾਜ ਤੇ ਤਖਤ ਨਾਲੋ ਦੁਨੀਆ ਦੇ ਤਾਜ ਤੇ ਤਖਤ ਨਾਲੋ ਗੁਲਾਮੀ ਚੰਗੀ ਏ ਮੇਰਾ ਲਿਖ ਲੈ ਗੁਲਾਮਾ ਵਿਛਣਾ ਮੇਰਾ ਲਿਖ ਲੈ ਗੁਲਾਮਾ ਵਿਛਣਾ ਮੈਨੂੰ ਦੇ ਕਦਮਾਂ ਵਿੱਚ ਤਾਂ ਅਲਾ ਦੀ ਸੋ ਮੈਂ ਤਰਦਾ ਬੂਹਿਆ ਕੇ ਮੈਂ ਤਪੀਰਾਂ ਨੂੰ ਪੁਕਾਰਿਆ ਬੂਹਿਆ ਕੇ ਮੈਂ ਤਪੀਰਾਂ ਨੂੰ ਪੁਕਾਰਿਆ ਦਾੜੀ ਲਾ ਕੇ ਜਿਹੜੇ ਸਰਕਾਰ ਨੂੰ ਪੁਕਾਰਦੇ ਆ ਇੱਕ ਵਾਰੀ ਹੱਥ ਖੜੇ ਕਰਕੇ ਕੀ ਕਹਿਣਾ ਬੂਹੇ ਆ ਕੇ ਮੈਂ ਤਪੀਰਾਂ ਨੂੰ ਪੁਕਾਰਿਆ ਬੂਹੇ ਆ ਕੇ ਮੈਂ ਤਪੀਰਾਂ ਨੂੰ ਪੁਕਾਰਿਆ ਛੇਤੀ ਬੋੜੀ ਖਾਜਾ ਕੁਤਬ ਦੇ ਪਿਆਰਿਆ 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 ਇਹ ਖਾਜਾ ਹਿੰਦ ਬਲੀ ਦਾ ਇਨਾ 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 ਰੰਗ ਸਵਰੀ ਜਲਾ ਤੇ ਸੋਹਣਿਆ ਅੱਲਾ ਦੀ ਸੋ ਮੈਂ ਤਰ ਜਾਵਾ ਹਿੰਦ ਬਲੀ ਦਾ ਇਨਾ ਰੰਗ ਸਾਬਰੀ ਜਣਾ ਵੀ ਸੁਣਿਆ ਅੱਲਾ ਦੀ ਸੋ ਮੈਂ ਤਰ ਜਾਵਾਂ ਭਰੀ ਜਾਂਦਾ ਹੈ ਸੋਰੀ ਦੋਨੀ ਨੀ ਛੋਲੀਆ 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 ਮੈਂ ਵੀ ਤੇਰੇ ਆ ਸਹਾਰਿਆਂ ਤੇ ਬੋਲੀਆਂ 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 ਲਾਜ ਰੱਖੀ ਬਾਬਾ ਕਰਾਂ ਮਿੰਨਤਾਂ ਲਾਜ ਰੱਖੀ ਬਾਬਾ ਕਰਾਂ ਮਿੰਨਤਾਂ ਲਾਜ ਰੱਖੀ ਬਾਬਾ ਮੇਰੇ ਬਾਬਾ ਲਾਜ ਰੱਖੀ ਬਾਬਾ ਮੇਰੇ ਬਾਬਾ ਲਾਜ ਰੱਖੀ ਬਾਬਾ ਮੇਰੇ ਬਾਬਾ ਰੱਖੀ ਬਾਬਾ ਮੇਰੇ ਬਾਬਾ ਲਾਜ ਰੱਖੀ ਬਾਬਾ ਮੇਰੇ ਬਾਬਾ ਰੱਖੀ ਬਾਬਾ ਮੇਰੇ ਬਾਬਾ ਲਾਜ ਰੱਖੀ ਬਾਬਾ ਕਰਾਂ ਮਿੰਨਤਾਂ ਲਾਜ ਰੱਖੀ
ਰੱਖੀ ਬਾਬਾ ਘਰਾਂ ਮਿੰਨਤਾਂ, ਨਜ਼ਰ ਰੱਖੀ ਬਾਬਾ ਘਰਾਂ ਮਿੰਨਤਾਂ, ਉਹ ਜੇ ਤੂੰ ਕਰ ਦੇਵੇ ਅੱਜ ਨਜ਼ਰਾਂ, ਜੇ ਤੂੰ ਕਰ ਦੇਵੇ ਅੱਜ ਨਜ਼ਰਾਂ, ਅੱਲਾ ਦੀ ਸ਼ਾਨ ਮੈਂ ਡਰ ਜਾਵਾਂ, ਰੱਖੀ ਬਾਬਾ ਘਰਾਂ ਮਿੰਨਤਾਂ, ਨਜ਼ਰ ਰੱਖੀ ਬਾਬਾ ਘਰਾਂ ਮਿੰਨਤਾਂ, ਉਹ ਜੇ ਤੂੰ ਕਰ ਦੇਵੇ ਅੱਜ ਨਜ਼ਰਾਂ, ਅੱਲਾ ਦੀ ਸ਼ਾਨ ਮੈਂ ਡਰ ਜਾਵਾਂ, ਨਜ਼ਰ ਰੱਖੀ ਬਾਬਾ ਘਰਾਂ ਮਿੰਨਤਾਂ, ਨਜ਼ਰ ਰੱਖੀ ਬਾਬਾ ਘਰਾਂ ਮਿੰਨਤਾਂ, ਜੈਕਾਰਾ ਮੇਰੇ ਸੰਗ ਦਾ ਬੋਲ ਸੱਚੇ ਦਰਬਾਰ ਕੀ ਲੋ ਜੀ ਇੰਨੀ ਖਾਸ ਕਬੂਲ ਕਰਿਓ ਜੇ ਗਾਉਂਦੇ ਬੋਲੀ ਕੋਲ ਗਲਤੀ ਸਤਿ ਹੋ ਗਈ ਤਾਂ ਮਾਫ਼ ਕਰੋ ਸਕਾ ਤੁਹਾਡੇ ਬੱਚੇ ਜੀ 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 ਸਰਕਾਰ ਜੀ 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 ਤੁਹਾਡੀ ਸਰਕਾਰ ਵੱਲੋਂ ਹੁਕਮ ਆਇਆ ਹੈ ਕਿ ਜਿੰਨੀ ਵੀ ਸੰਗਤ ਦਰਬਾਰ ਦੇ ਵਿੱਚ ਆਈ ਹੈ ਉਹਨਾਂ ਦਾ ਇੱਕ ਇੱਕ ਕਦਮ ਮੇਰੇ ਸਿਰ ਮੱਥੇ ਹੈ ਕਿਉਂਕਿ ਝੋਲੀਆਂ ਸਭ ਕੀ ਭਰੀ ਜਾਂਦੀ ਹੈ ਦੇਣ ਵਾਲਾ ਨਜ਼ਰ ਨਹੀਂ ਆਤਾ ਸਾਈਂ ਵੱਲੋਂ ਹੁਕਮ ਹੈ ਵੀ ਜਿੰਨੀ ਸੰਗਤ ਆਈ ਹੈ ਆਬਾਦ ਰਹੋ ਬਸ ਬਸ ਉਹਦਾ ਵਿਰਧ ਕਰੋ ਸਾਈਂ ਦਾ ਵਿਰਧ ਕਰੋ ਬਸ ਜੀ ਜੀ ਬੰਦਗੀ ਕਰੋ ਕਿਉਂਕਿ ਬੰਦਾ ਜੋ ਆਇਆ ਬੰਦਗੀ ਕਰਨ ਵਾਸਤੇ ਆਇਆ ਜੀ ਜੀ ਨਸ਼ਿਆਂ ਤੋਂ ਦੂਰ ਰਹੋ ਜੀ 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 ਪਰਮਾਤਮਾ ਦੀ ਬੰਦਗੀ ਕਰਨੀ ਹੈ ਤੇ ਆਪਣੇ ਮਾਂ ਬਾਪ ਦੀ ਸੇਵਾ ਕਰਨੀ ਹੈ ਸੋ ਇੱਕ ਵਾਰੀ ਗੱਜ ਕੇ ਕਰਨ ਜਾ ਕਹਿਣਾ ਮਸਤ ਬਲੀਆਂ ਦਾ ਬੋਲ ਸੱਚੇ ਦਰਬਾਰ ਕੀ ਸੋ ਸਾਡੇ ਤੋਂ ਬਾਅਦ ਸਾਡੇ ਉਸਤਾਦ ਲੋਕਾਂ ਦੀ ਜ਼ਮੀਰ ਵਿੱਚੋਂ ਉਸਤਾਦ ਹਰਮੇਸ਼ ਰੰਗੀਲਾ ਜੀ ਬਲਾਚੌਰ ਤੋਂ ਉਹ ਹਾਜ਼ਰੀ ਭਰਨਗੇ ਇੱਕ ਵਾਰੀ ਦਾੜੀ ਦਾ ਸਾਈਂ ਦੇ ਨਾਮ ਤੇ ਸਨੀ ਫੋਨ ਦੇ ਯਾਰ ਮੇਰੇ ਫੋਨ ਦੇ ਵਾਹਵਾ ਇਸ਼ਕਾ ਕਾਰਨਾਮੇ ਤੇਰੇ ਤੇਰੀਆਂ ਵਧੀਆਂ ਕਿਸੇ ਛੁੜਾਈਆਂ ਨਹੀਂ ਤੇਰੀਆਂ ਕੱਢੀਆਂ ਜੋ ਵੱਲ ਸਹੁਰਿਆਂ ਦੇ ਵੱਲ ਪਰਤ ਕੇ ਪੇਕਿਆਂ ਆਈਆਂ ਨੀ ਤੂੰ ਚੁੱਕੇ ਬੜੇ ਬੜੇ ਲੁੱਟੇ ਮਾਰ ਡਾਕੇ ਐਵੇਂ ਕੁੱਲੀਆਂ ਨੂੰ ਸੰਨਾ ਲਾਈਆਂ ਨੀ ਤੂੰ ਬੜੇ ਬੜੇ ਮਹਿਲ ਮੁਨਾਰੇ ਲੁੱਟ ਲਏ ਐਵੇਂ ਟੱਠੀਆਂ ਕੋਠੀਆਂ ਢਾਈਆਂ ਨੀ ਉਹ ਕਿਤੇ ਤਰਦੀਆਂ ਨੂੰ ਪਿਆ ਡੋਹ ਨਾ ਏ ਜਾਣਨ ਵਾਲੀਆਂ ਕਦੇ ਘਬਰਾਈਆਂ ਨੀ ਅਜ਼ਮਤ ਉਹ ਦਰਗਾਹ ਚੋਂ ਰੱਦ ਹੋਵਣ ਜਿਹਨਾਂ ਲਾ ਕੇ ਤੋੜ ਨਿਭਾਈਆਂ ਨੇ ਇਹ ਮੇਰੇ ਸਾਈਂ ਦੀ ਰਹਿਮਤ ਏ ਇਹ ਮੇਰੇ ਦਾਦਾ ਜੀ ਦੀ ਰਹਿਮਤ ਏ ਹੈਲੋ ਹੈਲੋ ਬੜੀ ਕਿਸਮਤ ਵਾਲੇ ਹੋ ਤੁਸੀਂ ਕਿਉਂਕਿ ਇੰਨੀ ਮਸ਼ਰੂਫੀਅਤ ਦੇ ਵਿੱਚੋਂ ਟਾਈਮ ਕੱਢ ਕੇ ਮਾਇਨਾਜ ਸ਼ਖਸੀਅਤ ਤੁਹਾਡੇ ਰੂਬਰੂ ਹੋਏ ਨੇ ਕਿਉਂਕਿ ਇਹ ਸਾਧੂ ਸੰਤ ਇਹਨਾਂ ਨੂੰ ਇੱਕ ਵਾਰੀ ਦੇਖ ਕੇ ਹੀ ਜਨਮਾਂ ਜਨਮਾਂ ਦੇ ਪਾਪ ਕੱਟੇ ਜਾਂਦੇ ਨੇ ਦਾਤਾ ਜੀ ਦੀ ਰਹਿਮਤ ਸਦਕਾ ਸਾਈਂ ਜੀ ਦੀ ਤਬੀਅਤ ਵੀ ਥੋੜ੍ਹੀ ਕਾਫੀ ਦਿਨਾਂ ਤੋਂ ਨਾਸਾਜ਼ ਸੀ ਫਿਰ ਵੀ ਪਿਆਰ ਦੇ ਸਦਕੇ ਇਹ ਪਿਆਰ ਹੈ ਉਹਨਾਂ ਦੇ ਸਦਕੇ ਇੱਥੇ ਸ਼ਿਰਕਤ ਕੀਤੀ ਹੈ ਸਰਕਾਰ ਨੇ ਮੇਰੇ ਦਾਤਾ ਜੀ ਨੇ ਦਾਤਾ ਜੀ ਦੀ ਰਹਿਮਤ ਸਦਕਾ ਬਗੜ ਵਾਲੀ ਸਰਕਾਰ ਦਾ
ਜੈਕਾਰ ਆਏ ਕਾਲੀ ਕਮਲੀ ਵਾਲੀ ਸਰਕਾਰ ਦਾ। ਐਸੇ ਇਸ਼ਕ ਨੇ ਜਿਹਨੂੰ ਲੱਗ ਜਾਏ ਉਹਨੂੰ ਪਤਾ ਕੀ ਮਜ਼ਾਲ ਕੇ ਉਫ ਵੀ ਕਰ ਸਕਣ। ਇਸ਼ਕ ਜਿਨ੍ਹਾਂ ਦੀਆਂ ਕੁੱਟੀਆਂ ਸੰਘੀਆਂ ਨੇ ਬਾਗੇ ਜੰਨਤ ਵੱਲ ਪਰਤ ਕੇ ਤੱਕਦੀਆਂ ਨੇ, ਗੁਹਾ ਯਾਰ ਦਾ ਜਿਹੜੀਆਂ ਲੰਘੀਆਂ ਨੇ, ਜਿਨ੍ਹਾਂ ਵੈਠ ਸਾਈਂ ਦੇ ਸਾਏ ਥੱਲੇ ਲਈਆਂ ਸੁਣ ਪ੍ਰੇਮ ਸੁਰੰਗੀਆਂ ਨੇ, ਪਹਿਲੀ ਗੈਰ ਦੀ ਕਦੇ ਨਾ ਪੈਰ ਪਾਵਣ ਨੇ ਨਾਲ ਜੋ ਸਾਈਆਂ ਟੰਗੀਆਂ ਨੇ, ਜਿਹੜੀਆਂ ਜ਼ੁਲਫੇ ਯਾਰ ਚ ਕੈਦ ਹੋਈਆਂ ਉਹਨਾਂ ਫੇਰ ਨਾ ਫੇਰੀਆਂ ਕੰਘੀਆਂ ਨੇ, ਉਹਨਾਂ ਛੱਡ ਦਿੱਤੇ ਸ਼ਾਹੀ ਤਖਤੋ ਤਾਜ ਤੇ ਲਈਆਂ ਕਰ ਕਬੂਲ ਮਲੰਗੀਆਂ ਨੇ। ਇਹ ਦਾਤਾ ਜੀ ਦੀ ਰਹਿਮਤ ਸਦਕੇ ਵਾਜੀ ਵਾਜੀ ਵਾਜੀ। ਇੱਕ ਵਾਰ ਜ਼ੋਰਦਾਰ ਤਾੜੀ ਮੇਰੇ ਸਾਈਂ ਦੇ ਨਾਮ ਤੇ ਹੋਣੀ ਚਾਹੀਦੀ ਆ, ਜ਼ੋਰਦਾਰ, ਕਿਉਂਕਿ ਸਰਕਾਰ ਕਹਿੰਦੇ ਤੁਸੀਂ ਅੱਲਾ ਦੇ ਵਲੀ ਦੇ ਸ਼ਾਨ ਦੇ ਵਿੱਚ ਤਾੜੀ ਜਦੋਂ ਵਜਾਉਂਦੇ ਆ ਨਾ ਤਾਂ ਰੱਬੇ ਕਾਦਰ ਇੰਨਾ ਖੁਸ਼ ਹੁੰਦਾ ਕਿ ਤੁਹਾਡੀ ਸ਼ਾਨ ਦੇ ਵਿੱਚ ਫਿਰ ਲੋਕੀ ਤਾੜੀਆਂ ਮਾਰਨਗੇ ਜਕਾਰਾ ਪੀਰਾਂ ਦਾ, ਕਿਉਂਕਿ ਇਹ ਅਦਬ ਦੀ ਮਹਿਫਲ ਹੈ, ਮੁਹੱਬਤ ਦੀ ਮਹਿਫਲ ਹੈ। ਬਜ਼ੁਰਗ ਕਹਿੰਦੇ ਨੇ ਪਹਿਲਾਂ ਬਹਿਣਾ ਸਿੱਖ ਫਿਰ ਸਹਿਣਾ ਸਿੱਖ ਫਿਰ ਕਹਿਣਾ ਸਿੱਖ, ਇਸ ਕਰਕੇ ਬਹਿਣਾ ਆਉਣਾ ਚਾਹੀਦਾ, ਕਹਿਣਾ ਬੜਾ ਦੂਰ ਹੈ, ਬੋਲਣਾ ਬਹੁਤ ਆਸਾਨ ਹੁੰਦਾ, ਗੱਲਾਂ ਕਰਦਾ ਐਵੇਂ ਵੱਧ ਵੱਧ ਕੇ, ਕਦੇ ਕਰਿਆ ਵੀ ਕਰੋ ਦੇ ਪਿਆਰ ਦੀ ਗੱਲ, ਖੀਰਾ ਮੁਰਗੇ ਖਾ ਕੇ ਨਹੀਂ ਫੱਬਦੀ ਭੁੱਖਾ ਜਾਣ ਦਾ ਕਿਸੇ ਭੁਖਿਆਰ ਦੀ ਗੱਲ, ਗੱਲ ਓਂਕਾਰ ਦੀ ਮਨ ਤੂੰ ਇੰਜ ਕਰਕੇ ਆ ਮਿੱਟੀ ਮਨ ਦੀ ਜਿਵੇਂ ਘੁਮਿਆਰ ਦੀ ਗੱਲ, ਖਹਿੜਾ ਛੱਡ ਦੇ ਮਗਜ਼ ਨਾ ਖਾ ਸਾਡਾ, ਸਾਨੂੰ ਕਰਨ ਦੇ ਸਾਡੇ ਯਾਰ ਦੀ ਗੱਲ, ਸਾਨੂੰ ਕਰਨ ਦੇ ਸਾਡੇ ਯਾਰ ਦੀ ਗੱਲ। ਬਾਬਾ ਜੀ ਇੱਕ ਸੇਵਾਦਾਰਾਂ ਨੂੰ ਗੁਜ਼ਾਰਿਸ਼ ਆ ਕਿਰਪਾ ਕਰਕੇ ਹੁਣ ਇੱਧਰ ਨਹੀਂ, ਕਿਉਂਕਿ ਬਹੁਤ ਸੰਗਤ ਬੈਠੀ ਆ ਉੱਧਰ ਵੀ ਦੇਖੋ, ਫਿਰ ਸਾਰਿਆਂ ਨੇ ਕਹਿਣਾ ਕਿ ਸਾਨੂੰ ਵੀ ਲੈ ਕੇ ਆਓਗੇ, ਇਸ ਕਰਕੇ ਕਿਰਪਾ ਕਰਕੇ ਜ਼ਿਆਦਾ ਨਹੀਂ ਵੀ ਸਾਈਂ ਜੀ ਨੂੰ, ਕਿਉਂਕਿ ਰੱਬ ਦੀ ਬੰਦਗੀ ਚੱਲ ਰਹੀ ਆ, ਮਹਿਫਲ ਦੇ ਵਿੱਚ ਬੰਦਗੀ ਕਰਨੀ ਹੁੰਦੀ ਆ ਜਦੋਂ ਰੱਬ ਦਾ ਨਾਮ ਚੱਲਦਾ ਹੁੰਦਾ ਥੋੜ੍ਹਾ ਜਿਹਾ। ਉਸ ਵੇਲੇ ਉਹਦਾ ਬਾਪ ਮਿਠਾਈਆਂ ਦੇ ਥਾਲ ਵੰਡੇ, ਵੰਡ ਵੰਡ ਵਿੱਚ ਲੱਖਾਂ ਦਾ ਫਰਕ ਹੁੰਦਾ, ਕੋਈ ਯਾਰ ਤੌਫੀਕ ਦੇ ਨਾਲ ਵੰਡੇ, ਸਾਰੇ ਆਪਣੇ ਜ਼ਰਫ ਦੀ ਗੱਲ ਹੁੰਦੀ, ਕੋਈ ਮਿਠਾਈ ਵੰਡੇ ਕੋਈ ਮਾਲ ਵੰਡੇ। ਆਮਦ ਹੋਈ ਜਦੋਂ ਲਾਲਾ ਵਾਲੇ ਦੀ ਜੱਗ ਅੰਦਰ, ਉਸ ਦਿਨ ਅੱਲਾ ਪਾਕ ਨੇ ਮਾਈਆਂ ਨੂੰ ਲਾਲ ਵੰਡੇ, ਉਸ ਦਿਨ ਅੱਲਾ ਪਾਕ ਨੇ ਮਾਈਆਂ ਨੂੰ ਲਾਲ ਵੰਡੇ। ਸੋ ਦਾਤਾ ਜੀ ਦੀ ਰਹਿਮਤ ਸਦਕੇ ਸਰਕਾਰ ਦੇ ਬੜੇ ਪਿਆਰੇ ਕਲਾਕਾਰ ਹੋਰ ਵੀ ਨੇ, ਤੇ ਉਚੇਚੇ ਤੌਰ ਤੇ ਜਦੋਂ ਮਿਸ ਨੀਲਮ ਤੇ ਦਲਰਾਜ ਜੀ ਗਾਣਾ ਸੁਣਿਆ ਤੁਸੀਂ, ਵੇਖ ਕੇ ਸਵੇਰੇ ਜਿੱਦਾਂ ਖਾਲੀ ਹੋਏ ਬਟੂਏ ਨੂੰ ਤੋਰੀ ਵਾਂਗੂ ਮੂੰਹ ਲਮਕਾ ਕੀਤਾ ਜੀ ਨਾ, ਉਹਨਾਂ ਨੂੰ ਜਦੋਂ ਪਤਾ ਲੱਗਿਆ ਕਿ ਸਾਈਂ ਜੀ ਇੱਧਰ ਆਏ ਨੇ, ਉਹ ਬੱਸੀ ਪਠਾਣਾ ਦਾ ਪ੍ਰੋਗਰਾਮ ਸੀ, ਉਹ ਕਹਿੰਦੇ ਜਰਾ ਪਤਾ ਕਰਕੇ ਦੱਸ ਕਿ ਸਾਈਂ ਜੀ ਬੈਠੇ ਆ, ਤੇ ਮੈਂ ਕਿਹਾ ਸਰਕਾਰ ਬੈਠੇ ਨੇ, ਤੇ ਉਹ ਵੀ ਉਚੇਚੇ ਤੌਰ ਤੇ ਸਰਕਾਰ ਨੂੰ ਕਹਿੰਦੇ ਆਪਾਂ ਸਲਾਮ ਕਰਨ ਆਣਾ। ਜਕਾਰਾ ਪੀਰਾਂ ਦਾ ਬਹੁਤ ਸਾਚੇ ਦਰਬਾਰ ਕੀ ਦਰਬਾਰ ਕੀ ਕਾਦਰ ਅੱਲਾ ਮੌਲਾ ਵਾਹਿਗੁਰੂ
ਸਰਵ ਕਾਇਨਾਤ ਰੱਬ ਸੱਚੇ ਦੀ ਮੌਜ ਹੈ। ਜਿੱਥੇ ਰੱਬ ਪਰਮੇਸ਼ਰ ਨੇ ਹੋਰ ਬੇਅੰਤ ਦਾਤਾਂ ਸੁਗਾਤਾਂ ਬਖਸ਼ਿਸ਼ ਕੀਤੀਆਂ ਨੇ, ਉੱਥੇ ਇੱਕ ਵਡਮੁੱਲੀ ਦਾਤ ਸੰਸਾਰ ਦੇ ਲੋਕਾਂ ਨੂੰ ਬਖਸ਼ਿਸ਼ ਕੀਤੀ ਹੈ, ਜਿਸ ਨੂੰ ਮਹਾਂ ਆਨੰਦ ਕਿਹਾ ਜਾਂਦਾ ਹੈ। ਮਹਾਂ ਆਨੰਦ ਦੀ ਪ੍ਰਾਪਤੀ ਵਾਸਤੇ ਇਸ ਰੂਹੇ ਜ਼ਮੀਨ 'ਤੇ ਰੱਬ ਨੇ ਬਹੁਤ ਸਾਰੇ ਆਪਣੇ ਪਿਆਰਿਆਂ ਨੂੰ ਭੇਜਿਆ ਹੈ, ਬਹੁਤ ਸਾਰੇ ਆਪਣੇ ਰਹਿਬਰਾਂ ਨੂੰ ਭੇਜਿਆ ਹੈ। ਇੱਥੇ ਪੀਰ ਪੈਗੰਬਰ ਬਲੀ ਔਰੀਏ ਅਵਤਾਰ ਅਵਦਾਲ ਰਿਸ਼ੀ ਮੁਨੀ ਸੰਤ ਮਹਾਂਪੁਰਖ ਇਸ ਦੁਨੀਆ 'ਤੇ ਆਏ ਨੇ। ਇਹਨਾਂ ਦੇ ਵਿੱਚ ਪੰਚਤਨ ਪਾਕ ਪੀਰਾਂ ਨੇ ਪੀਰ ਦਸਤਗੀਰ ਹਜ਼ਰਤ ਜਨਾਬ ਗੌਸ ਪਾਕ ਅਬਦੁਲ ਕਾਦਰ ਜੀਲਾਨੀ ਮਹਬੂਬ ਸੁਬਹਾਨੀ ਗਿਆਰਵੀਂ ਵਾਲੀ ਸਰਕਾਰ ਹਜ਼ਰਤ ਖਾਜਾ ਮੀਨੋਦੀਨ ਚਿਸ਼ਤੀ ਰਹਿਮਤੁੱਲਾ ਅਲੈਹ ਖਾਜਾ ਗਰੀਬ ਨਵਾਜ਼। ਇਸ ਘਰਾਣੇ ਦੇ ਵਿੱਚ ਕਾਦਰੀ ਘਰਾਣੇ ਦੇ ਵਿੱਚ ਆਪ ਆਏ ਨੇ ਹਜ਼ੂਰ ਹਜ਼ਰਤ ਸ਼ੇਰੇ ਸ਼ਾਹ ਸਰਕਾਰ। ਹਜ਼ਰਤ ਸ਼ੇਰੇ ਸ਼ਾਹ ਸਰਕਾਰ ਦੀ ਰਹਿਮਤ ਹੋਈ ਹੈ ਹਜ਼ਰਤ ਬਾਬਾ ਮੁਰਾਦ ਸ਼ਾਹ 'ਤੇ। ਮੁਰਾਦ ਸ਼ਾਹ ਦੀ ਰਹਿਮਤ ਹੋਈ ਹੈ ਹਜ਼ਰਤ ਗੁਲਾਮ ਸ਼ਾਹ ਲਾਡੀ ਸ਼ਾਹ, ਜਿਨ੍ਹਾਂ ਦਾ ਪੂਰੇ ਵਿਸ਼ਵ ਵਿੱਚ ਨਾਮ ਹੈ। ਕਮਲੀ ਵਾਲੀ ਸਰਕਾਰ ਹਜ਼ੂਰ ਦੀਆਂ ਰਹਿਮਤਾਂ ਦੁਆਰਾ ਮਹਿਫਲ ਹੋ ਰਹੀ ਹੈ, ਬਹੁਤ ਹੀ ਵਧਾਈ ਵਾਲੀ ਗੱਲ ਹੈ ਕਿ ਰੱਬ ਦੇ ਘਰ ਦੇ ਵਿੱਚੋਂ ਬਖਸ਼ਿਸ਼ ਹੋਈ ਹੋਈ ਐਸੀ ਸ਼ਕਤੀ ਐਸੀ ਤਾਕਤ ਕਿ ਜਿਹਨੂੰ ਮਰਜ਼ੀ ਦੇ ਦੇਵੇ ਬਖਸ਼ਿਸ਼ ਕਰ ਦਿੱਤੀ ਹੈ ਸਰਕਾਰ ਸੁਰਿੰਦਰ ਸ਼ਾਹ। ਇਹ ਬਾਕਰਵਰ ਦਾ ਨਾਮ ਵੀ ਦੁਨੀਆ ਦੇ ਵਿੱਚ ਦੁਨੀਆ 'ਚ ਮਸ਼ਹੂਰ ਹੈ। ਸੋ ਬੜੀ ਰਹਿਮਤ ਹੋਈ ਹੈ ਜੋ ਕਿ ਆਪ ਜੀ ਨੂੰ ਦੀਦਾਰ ਮਿਲ ਰਹੇ ਨੇ। ਪਹਿਲਾਂ ਵੀ ਇੱਕ ਪ੍ਰੋਗਰਾਮ ਹਰਿਆਣੇ ਦੇ ਵਿੱਚ ਜਿੱਥੇ ਅਸੀਂ ਪ੍ਰੋਗਰਾਮ ਕਰ ਰਹੇ ਸਾਂ ਅਤੇ ਉੱਥੇ ਆਪ ਸਰਕਾਰ ਦਰਸ਼ਨ ਦੇਣ ਵਾਸਤੇ ਗਏ ਨੇ, ਦੀਦਾਰ ਦੇਣ ਵਾਸਤੇ ਸੰਗਤਾਂ ਨੂੰ। ਬੜੀ ਦੂਰ 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 ਤੱਕ ਬਹੁਤ ਸਾਰੀ ਦੁਨੀਆ ਸਰਕਾਰ ਦੀ ਦੀਵਾਨੀ ਹੈ। ਸੋ ਇੱਥੇ ਵੀ ਦੀਵਾਨੇ ਬੈਠੇ ਨੇ, ਬਹੁਤ ਬਹੁਤ ਵਧਾਈ ਆ ਤੁਹਾਨੂੰ, ਬੜੀ ਮੁਬਾਰਕਬਾਦ ਹੈ, ਕਿਉਂਕਿ ਬਖਸ਼ੀ ਹੋਈ ਰੂਹ ਦੇ ਜਦੋਂ ਦੀਦਾਰ ਹੋ ਜਾਂਦੇ ਨੇ ਅਤੇ ਬੰਦੇ ਦੇ ਪਾਪ ਕੱਟੇ ਜਾਂਦੇ ਨੇ। ਇਹ ਮੈਂ ਨਹੀਂ ਕਹਿੰਦਾ ਇਕੱਲਾ, ਅਤੇ ਹਜ਼ਰਤ ਬਾਬਾ ਗੰਜੇ ਸ਼ਕਰ ਫਰੀਦ ਜਿਹੜੇ ਆਪਣੀ ਜ਼ਿੰਦਗੀ ਦਾ ਤਜਰਬਾ ਜੋ ਉਹਨਾਂ ਨੇ ਕੀਤਾ ਉਹ ਦੱਸ ਰਹੇ ਨੇ। ਆਪ ਜੀ ਕਹਿੰਦੇ ਨੇ, ਉੱਠ ਫਰੀਦਾ ਸੁੱਤਿਆ ਤੂੰ ਮੇਲਾ ਵੇਖਣ ਜਾ। ਇਹ ਜਿਹੜਾ ਮੇਲਾ ਹੈ ਸੰਸਾਰ, ਇਹ ਜਿਹੜੇ ਮੇਲੇ ਲੱਗਦੇ ਨੇ ਜਲੇਬੀਆਂ ਪਕੌੜੇ ਖਾਣ ਵਾਸਤੇ ਨਹੀਂ ਇਕੱਲੇ। ਉੱਠ ਫਰੀਦਾ ਸੁੱਤਿਆ ਤੂੰ ਮੇਲਾ ਵੇਖਣ ਜਾ, ਤੈਨੂੰ ਜੇ ਕੋਈ ਮਿਲ ਜਾਏ ਬਖਸ਼ਿਆ ਫਿਰ ਤੂੰ ਵੀ ਬਖਸ਼ਿਆ ਜਾ। ਇਬਾਦਤ ਕਰਨੀ ਬਹੁਤ ਔਖੀ ਹੈ ਪਰ ਸੌਖਾ ਜਿਹਾ ਤਰੀਕਾ ਦੱਸਿਆ ਬਾਬਿਆਂ ਨੇ, ਜੇ ਇਹ ਤਰੀਕਾ ਅਪਣਾ ਲਿਆ ਜਾਏ ਤਾਂ ਸਮਝੋ ਇਬਾਦਤ ਕਰਨੀ ਚੰਗੀ ਗੱਲ ਹੈ। ਪਰ ਹੋ ਸਕਦਾ ਇਬਾਦਤ ਮਨਜ਼ੂਰ ਹੀ ਨਾ ਹੋਵੇ, ਪਰ ਜੇ ਦੀਦਾਰ ਹੋ ਜਾਣ ਤੇ ਸਮਝੋ ਸਭ ਕੁਛ ਹੋ ਗਿਆ। ਇਸੇ ਕਰਕੇ ਮਹਾਂਪੁਰਖਾਂ ਦੇ ਦੀਦਾਰ ਕਰਨ ਵਾਸਤੇ ਬੜੀ ਦੂਰ ਦੂਰ ਦੁਨੀਆ ਜਾਂਦੀ ਹੈ। ਸੋ ਤੁਹਾਡੇ ਕੋਲ ਆਏ ਨੇ ਆਪ, ਤੇ ਬਹੁਤ ਮਿਹਰਬਾਨੀ, ਕਿਉਂਕਿ ਇੱਥੋਂ ਦੇ
ਬਹੁਤ ਸਾਰੇ ਐਸੇ ਪ੍ਰੇਮੀ ਨੇ ਜਿਨ੍ਹਾਂ ਦਾ ਪ੍ਰੇਮ ਖਿੱਚ ਕੇ ਲਿਆਇਆ, ਪ੍ਰੇਮ ਜਿਹੜਾ ਇਹ ਬੰਨ ਲੈਂਦਾ, ਇਹ ਰੱਬ ਨੂੰ ਬੰਨ ਲੈਂਦਾ, ਧਾਗੇ ਦੇ ਵਿੱਚ ਬੰਨ ਲਿਆ, ਕੱਚੇ ਧਾਗੇ ਦੇ ਨਾਲ ਬੰਨਿਆ ਜਾਂਦਾ ਪ੍ਰੇਮ, ਐਸੀ ਚੀਜ਼ ਹੈ। ਆਓ ਫਿਰ ਕਰ ਦਿਓ ਕਿਰਪਾ, ਦੇ ਦਿਓ ਇਜਾਜ਼ਤ ਸਰਕਾਰ। ਸਰਕਾਰ ਆਹ ਵੀ ਚੀਜ਼ ਜਿਹੜੀ ਪੇਸ਼ ਕਰਨ ਲੱਗਾ, ਇਹ ਵੀ ਗੁਲਾਮ ਦੀ ਲਿਖੀ ਹੋਈ ਆ। ਆ ਪਿੱਛੇ ਮੇਰੇ ਵੀਰ ਸਾਰੇ ਗਾਉਂਦੇ ਨੇ, ਜ਼ਮਾਨੇ ਤੋਂ ਕੀ ਲੈਣਾ ਹੈ ਮੈਨੂੰ ਤੇਰਾ ਪਿਆਰ ਕਾਫੀ, ਇਹ ਵੀ ਦਾਸ ਦੀ ਲਿਖੀ ਹੋਈ ਚੀਜ਼ ਆ। ਇਹਦੇ ਵਿੱਚ ਮਕਤਾ ਪੈਂਦਾ ਸ਼ਾਇਰ ਦਾ, ਕਿਉਂ ਜਾਣਾ ਮੱਕੇ ਨੂੰ ਮੇਰਾ ਤਾਂ ਘਰ ਵਿੱਚ ਹੱਜ ਹੋਵੇ, ਓਂਕਾਰ ਨੂੰ ਮੰਜ਼ਿਲ ਮਿਲ ਗਈ ਹੈ ਮੇਰੀ ਸਰਕਾਰ ਕਾਫੀ ਹੈ। ਇੱਕ ਮੇਰਾ ਵੀਰ ਗਾਉਂਦਾ ਹੁੰਦਾ ਗਨੀ ਖਾਨ, ਸੁਰਿੰਦਰ ਸ਼ਾਹ ਦਾ ਮੰਗਤਾ ਨਹੀਂ ਮਰਦਾ ਗੈਰਾਂ 'ਤੇ, ਉਹ ਵੀ ਗੁਲਾਮ ਦਾ ਲਿਖਿਆ ਹੋਇਆ ਕਲਾਮ। ਅਤੇ ਇੱਕ ਨਵੀਂ ਬਿਲਕੁਲ ਚੀਜ਼ ਮੈਂ ਤੁਹਾਡੇ ਕਰਕੇ ਹੀ ਲਿਖੀ, ਉਹ ਚੀਜ਼ ਮੈਨੂੰ ਲੱਗਦਾ ਉਹ ਮੈਂ ਪੇਸ਼ ਕਰਨ ਲੱਗਾ, ਪੇਸ਼ ਕਰ ਬਤਾ। ਸੀਰੁਦੀਨ ਸ਼ਾਹ ਰੱਬ ਦੀ ਸ਼ਾਨ ਚ ਲਿਖਦੇ ਨੇ, ਕਿਸੇ ਮੰਗੇ ਕਹਾ ਜਾਏ ਕਿਸੇ ਕਹੇ ਮੌਲਾ, ਕਿਸੇ ਮੰਗੇ ਕਹਾ ਜਾਏ ਕਿਸੇ ਕਹੇ, ਔਰ ਦੁਨੀਆ ਮੇ ਹਾਜ਼ਤ ਰਵਾ ਕੌਣ ਹੈ, ਕਿਸੇ ਮਾਂਗੇ ਕਹਾਂ ਜਾਏ ਕਿਸੇ ਕਹੇ, ਕਿਸੇ ਮਾਂਗੇ ਕਹਾਂ ਜਾਏ ਕਿਸੇ ਕਹੇ, ਔਰ ਦੁਨੀਆ ਮੇਂ ਹਾਜ਼ਤ ਕਹੇ, ਔਰ ਦੁਨੀਆ ਮੇਂ
ਹਾਜ਼ਤ ਰਵਾ ਕੌਣ ਹੈ ਸਭ ਕਾ ਦਾਤਾ ਹੈ ਤੂੰ ਸਭ ਕੋ ਦੇਤਾ ਹੈ ਤੂੰ ਤੇਰੇ ਬੰਦੋ ਕਾ ਤੇਰੇ ਸਿਵਾ ਕੌਣ ਹੈ ਸਭ ਕਾ ਦਾਤਾ ਹੈ ਤੂੰ ਸਭ ਕੋ ਦੇਤਾ ਹੈ ਤੂੰ ਤੇਰੇ ਬੰਦੋ ਕਾ ਤੇਰੇ ਸਿਵਾ ਕੌਣ ਹੈ ਕੌਣ ਮਕਬੂਲ ਹੈ ਕੌਣ ਮਰਦੂਦ ਹੈ ਕੌਣ ਕਿਆ ਬੇਖਬਰ ਕੌਣ ਕਿਆ ਕੌਣ ਹੈ ਕੌਣ ਮਸ਼ਹੂਰ ਹੈ ਤੇ ਕੌਣ ਬਦਨਾਮ ਹੈ ਉੱਥੇ ਜਾ ਕੇ ਪਤਾ ਲੱਗਣਾ ਕਿਆ ਪਤਾ ਜਿਹਨੂੰ ਤੂੰ ਗਲਤ ਸਮਝਦਾ ਹੋਵੇ ਕਿਆ ਪਤਾ ਉਹ ਰੱਬ ਦੇ ਕਚਹਿਰੀ ਦੇ ਵਿੱਚ ਉਹਦੇ ਨਾਲ ਪਿਆਰ ਬੜਾ ਹੁੰਦਾ ਹੋਵੇ ਤੇ ਜਿਹਨੂੰ ਤੂੰ ਬੜਾ ਚੰਗਾ ਸਮਝਦਾ ਹੋਵੇ ਰੱਬ ਦੀ ਕਚਹਿਰੀ ਵਿੱਚ ਉਹਨੂੰ ਚੰਗਾ ਨਾ ਸਮਝਿਆ ਹੋਇਆ ਇਸ ਲਈ ਕੌਣ ਮਕਬੂਲ ਹੈ ਕੌਣ ਮਰਦੂਦ ਹੈ ਕੌਣ ਕਿਆ ਬੇਖਬਰ ਕੌਣ ਕਿਆ ਕੌਣ ਹੈ ਜਬ ਤੂੰ ਲੇਂਗੇ ਅਮਲ ਤੇਰੇ ਮੀਜ਼ਾਨ ਪਰ ਤਬ ਖੁਲੇਗਾ ਕਿ ਖੋਟਾ ਖਰਾ ਕੌਣ ਹੈ ਜਬ ਤੂੰ ਲੇਂਗੇ ਅਮਲ ਤੇਰੇ ਮੀਜ਼ਾਨ ਪਰ ਤਬ ਖੁਲੇਗਾ ਕਿ ਖੋਟਾ ਖਰਾ ਕੌਣ ਹੈ ਤੇਰੇ ਸਿਵਾ ਕੌਣ ਹੈ ਤੇਰੇ ਸਿਵਾ ਕੌਣ ਹੈ ਸਵੇਰੇ ਉੱਠਦੇ ਸਾਰੀ ਸ਼ੁਕਰ ਕਰਿਆ ਕਰੋ ਕਿ ਅੱਲਾ ਤੇ ਦਿਨ ਦਿਖਾਇਆ ਫਿਰ ਸ਼ੁਕਰ ਕਰਿਆ ਕਰੋ ਅੱਲਾ ਤੂੰ ਬੋਲਣਾ ਦਿੱਤਾ ਜ਼ੁਬਾਨ ਦੇ ਦਿੱਤੀ ਫਿਰ ਸ਼ੁਕਰ ਕਰਿਆ ਕਰੋ ਕਿ ਪੈਰ ਦੇ ਦਿੱਤੇ ਹਰ ਗੱਲ ਦਾ ਸ਼ੁਕਰ ਕਰਿਆ ਕਰੋ ਜੇ ਸਾਰੀ ਉਮਰ ਵੀ ਸ਼ੁਕਰ ਕਰੋ ਨਾ ਤਾਂ ਵੀ ਉਹਦਾ ਕਰਜ਼ਾ ਨਹੀਂ ਦੇ ਸਕਦੇ ਐ ਨਸੀ ਰਿਸਕੋ ਤੂੰ ਫਜ਼ਲੇ ਬਾਰੀ ਸਮਝ ਵਰਨਾ ਤੇਰੀ ਤਰਫ ਦੇਖਤਾ ਕੌਣ ਹੈ ਤੇਰੇ ਸਿਵਾ ਕੌਣ ਹੈ ਤੇਰੇ ਸਿਵਾ ਕੌਣ ਹੈ ਜੋ ਲੋਕ ਬੜੇ ਹੈ ਬੇਸ਼ੱਕ ਵੋ ਬੜੇ ਰਹਤੇ ਹੈ ਜੋ ਲੋਕ ਬੜੇ ਹੈ ਬੇਸ਼ੱਕ ਵੋ ਬੜੇ ਰਹਤੇ ਹੈ ਸਰਕਾਰ ਜੋ ਲੋਕ ਬੜੇ ਹੈ ਸ਼ਾਇਰ ਕਾ ਅੰਦਾਜ਼ ਹੈ ਜੋ ਲੋਕ ਬੜੇ ਹੈ ਬੇਸ਼ੱਕ ਵੋ ਬੜੇ ਰਹਤੇ ਹੈ ਔਰ ਜੋ ਲੋਕ ਬੜੇ ਹੈ ਬੇਸ਼ੱਕ ਵੋ ਬੜੇ ਹੀ ਰਹਤੇ ਹੈ ਪਰ ਤੇਰੇ ਕਦਮੋ ਮੇ ਤੇਰੇ ਫਕੀਰ ਖੜੇ ਰਹਤੇ ਹੈ ਤੇਰੇ ਕਦਮੋ ਮੇ ਤੇਰੇ ਫਕੀਰ ਖੜੇ ਰਹਤੇ ਹੈ ਉਹ ਮੇਰਾ ਮਿਲਤਾ ਹੈ ਐਸੇ ਦਰਬਾਰ ਸੇ ਸ਼ਿਜਰਾ ਔਰ ਜਿਨਕੇ ਜੂਤੋਂ ਮੇ ਕਈ ਤਾਜ ਪੜੇ ਰਹਤੇ ਹੈ ਮੇਰਾ ਮਿਲਤਾ ਐਸੇ ਦਰਬਾਰ ਸੇ ਸ਼ਿਜਰਾ ਜਿਨਕੇ ਕਦਮਾਂ ਮੇ ਕਈ ਤਾਜ ਪੜੇ ਰਹਤੇ ਹੈ ਅਕਾਲੀ ਕਮਲੀ ਵਾਲੀ ਸਰਕਾਰ ਗੁਰੂ ਗੋਰਖਨਾਥ ਸਰਕਾਰ ਹਮੀ ਦੋਨੋ ਹਮੀ ਦੋਨੋ ਤੋ ਹੁਸਨੋ ਇਸ਼ਕ ਕੀ ਦੁਨੀਆ ਕੇ ਹੈ ਮਾਲਿਕ ਹਮੀ ਦੋਨੋ ਤੋ ਹੁਸਨੋ ਇਸ਼ਕ ਕੀ ਦੁਨੀਆ ਕੇ ਹੈ ਮਾਲਿਕ ਜੋ ਤੂੰ ਅਰਸ਼ੀ ਤੋ ਮੈਂ ਫਰਸ਼ੀ ਫਲਕ ਤੇਰਾ ਜ਼ਮੀਂ ਮੇਰੀ ਜੋ ਤੂੰ ਅਰਸ਼ੀ ਤੋ ਮੈਂ ਫਰਸ਼ੀ ਫਲਕ ਤੇਰਾ ਜ਼ਮੀਂ ਮੇਰੀ ਉਧਰ ਤੂੰ ਦਰ ਨਾ ਖੋਲੇਗਾ ਇਧਰ ਮੈਂ ਦਰ ਨਾ ਛੋੜੂੰਗਾ ਅਗਰ ਤੂੰ ਮੇਰਾ ਦਾਤਾ ਹੈ ਤੋ ਮੈਂ ਵੀ ਤੇਰਾ ਮੰਗਤਾ ਹੂੰ ਜੋ ਮੈਨੇ ਦਿਲ ਮੇ ਠਾਨੀ ਹੈ ਵੋ ਮੈਂ ਕਰਕੇ ਦਿਖਾਊਂਗਾ ਉਹ ਭਿਕਾਰੀ ਬਣ ਕੇ ਆਇਆ ਥਾ ਸ਼ਹਿਨਸ਼ਾਹ ਬਣ ਕੇ ਜਾਊਂਗਾ
ਬਲ ਕੇ ਆਇਆ ਥਾ ਸ਼ਹਿਨਸ਼ਾਹ ਬਨ ਕੇ ਜਾਊਂਗਾ। ਤੇ ਮੈਂ ਕਿਉਂ ਨਾ ਕਹਾਂ ਮੇਰੀ ਸਰਕਾਰ, ਮੇਰੀ ਕਾਲੀ ਕਮਲੀ ਵਾਲੀ ਸਰਕਾਰ। ਇਤਨਾ ਕਾਫੀ ਹੈ ਦੁਨੀਆ ਮੇਂ ਉਹ ਜੀਨੇ ਕੇ ਲੀਏ, ਇਤਨਾ ਕਾਫੀ ਹੈ ਦੁਨੀਆ ਮੇਂ ਉਹ ਜੀਨੇ ਕੇ, ਉਹ ਮੇਰਾ ਮੀਰਾ ਇਤਨਾ ਕਾਫੀ ਹੈ ਉਹ ਜੀਨੇ ਕੇ ਲੀਏ। ਉਹਦੀ ਖੁਸ਼ੀ ਦੀ ਹੱਦ ਨਹੀਂ ਰਹਿੰਦੀ। ਜੇ ਕਿਸੇ ਨੂੰ ਬੜੇ ਘਰ ਦੀ ਨੌਕਰੀ ਮਿਲ ਜਾਵੇ ਉਹਦੇ ਧਰਤੀ 'ਤੇ ਪੈਰ ਨਹੀਂ ਲੱਗਦੇ। ਜੇ ਕਿਸੇ ਨੂੰ ਬੜੇ ਘਰ ਦੀ ਨੌਕਰੀ ਮਿਲ ਜਾਵੇ ਉਹ ਆਨੰਦ ਵਿੱਚ ਰਹਿੰਦਾ, ਖੁਸ਼ੀ ਵਿੱਚ ਰਹਿੰਦਾ। ਪਰ ਜਿਹਨੂੰ ਦੋਨਾਂ ਜਹਾਨਾਂ ਦੇ ਮਾਲਕ ਦੀ ਨੌਕਰੀ ਮਿਲ ਜਾਵੇ ਉਹ ਕਿਹੋ ਜਿਹਾ ਹੋਏਗਾ? ਇਸ ਕਰਕੇ ਦੋਵੇਂ ਹੱਥ ਖੜੇ ਕਰਕੇ ਤਾਲ ਵਜਾ ਕੇ ਕਹਿਣਾ ਹੋ ਗਿਆ ਕਰਮ ਹੋ ਗਿਆ
ਸ਼ੁਕਰ ਕੈਸੇ ਅਦਾ ਕਮਲੀ ਵਾਲੇ ਗੁਰੂ ਗੋਰਖਨਾਥ ਜੀ ਨੂੰ ਕਿਹਾ ਜਾਂਦਾ, ਗੁਰੂ ਗੋਰਖਨਾਥ ਜੀ ਨੂੰ ਕਮਲੀ ਵਾਲਾ ਕਿਹਾ ਜਾਂਦਾ। ਇਸੇ ਕਰਕੇ ਦਰਬਾਰ ਤੇ ਬਹੁਤ ਸਾਰੀਆਂ ਕਾਲੀਆਂ ਕਮਲੀਆਂ ਬਹੁਤ ਦਰਬਾਰਾਂ ਤੇ ਗੁਰੂ ਗੋਰਖਨਾਥ ਜੀ ਦੇ ਚੜ੍ਹਦੀਆਂ ਨੇ, ਉਹਨਾਂ ਨੂੰ ਕਾਲੀ ਕਮਲੀ ਵਾਲਾ ਕਿਹਾ ਜਾਂਦਾ। ਦੋਏ ਹੱਥ ਖੜੇ ਕਰਕੇ ਮੇਰੇ ਕਮਲੀ ਵਾਲੇ ਦਾਤਾ ਮੇਰੇ ਕਮਲੀ ਵਾਲੇ ਤੇਰੇ ਟੁਕੜੇ ਹੀ ਹੈ ਕਾਫੀ ਤੇਰੇ ਟੁਕੜੇ ਹੀ ਹੈ ਕਾਫੀ ਗੁਜ਼ਾਰੇ ਕੇ ਲੀਏ ਤੇਰੇ ਟੁਕੜੇ ਹੀ ਹੈ ਕਾਫੀ ਗੁਜ਼ਾਰੇ
ਕੋ ਨੌਕਰ ਹੂੰ ਮੈਂ ਲੋਗੋ ਔਰ ਰੁਤਬਾ ਹੈ ਬੜਾ ਮੀਰਾ ਗੋਸੇ ਆਜ਼ਮ ਸਰਕਾਰ ਦਾ ਨੌਕਰ ਜ਼ਰੂਰ ਹੈ ਪਰ ਮੇਰੇ ਮੀਰਾ ਨੇ ਮੈਨੂੰ ਬਾਦਸ਼ਾਹਾਂ ਤੋਂ ਘੱਟ ਨਹੀਂ ਰੱਖਿਆ ਦੁਨੀਆ 'ਚ ਸ਼ਰਬਤ ਜ਼ਹਿਰ ਜਾਮ ਮਹਿਬੇ ਖਵਾਬ ਕਿਆ ਹੈ ਵੋ ਆ ਚੁੱਕੇ ਹੈ ਮਹਿਫਿਲ ਮੇਂ ਬਤਾ ਇੰਤਜ਼ਾਮ ਕਿਆ ਕਿਆ ਹੈ ਸੁੰਨੀ ਕਲੰਦਰ ਫਕੀਰ ਇਮਾਮ ਕਿਆ ਕਿਆ ਹੈ ਅਰੇ ਕਿਸੀ ਕੋ ਕਿਆ ਪਤਾ ਯੇ ਮੀਰਾ ਕਾ ਗੁਲਾਮ ਕਿਆ ਕਿਆ ਹੈ ਉਨਕਾ ਲੋਕ ਹੂੰ ਮੈਂ ਲੋਗੋ ਰੁਤਬਾ ਹੈ ਬੜਾ ਕੈਸਾ ਬੜੇ ਸੁਲਤਾਨ ਹੈ ਆਤੇ ਬੜੇ ਸੁਲਤਾਨ ਉਹ ਮਾਂਗ ਦੇ ਕੇ ਲੀਏ ਬੁੱਤਖਾਨੇ ਮੇਂ ਉਤਾਰ ਮੈਂ ਭਲਾ ਕਿਉਂ ਜਾਊਂ ਕਾਬੇ ਬੁੱਤਖਾਨੇ ਮੇਂ ਉਤਾਰ ਮੈਂ ਭਲਾ ਕਿਉਂ ਜਾਊਂ ਅਸੀਂ ਝਗੜੇ ਚ ਨਹੀਂ ਪੈਂਦੇ ਮੰਦਿਰ ਮਸਜਿਦ ਦੇ ਵਿੱਚ ਜਾ ਕੇ ਕੀ ਲੈਣਾ ਮੇਰੀ ਸਰਕਾਰ ਮਨ ਕੋ ਲਗਾ ਦਰ ਤੋਂ ਬਣਾ ਮੰਦਿਰ ਇੱਥੇ ਆ ਕੇ ਬਹਿਣਾ ਉਹਨੇ ਜੇ ਇਹ ਸਾਫ਼ ਆ ਨਾ ਗੱਲ ਇਹਦੀ ਆ ਇੱਟਾਂ ਤੋਂ ਜਿੱਥੇ ਮਰਜ਼ੀ ਲਾ ਲਓ ਗੱਲ ਇੱਟਾਂ ਦੀ ਨਹੀਂ ਆ ਗੱਲ ਦਿਲ ਦੀ ਆ ਪੂਰਾ ਕਲਬੂਤ ਹੀ ਮੰਦਿਰ ਬਣਿਆ ਹੁੰਦਾ ਜਿਹੜੇ ਸੰਤਾਂ ਦਾ ਸਰੀਰ ਪੂਰਾ ਦਾ ਪੂਰਾ ਮੰਦਿਰ ਹੁੰਦਾ ਕਾਬਾ ਹੁੰਦਾ ਮੱਕਾ ਹੁੰਦਾ ਕਿਉਂਕਿ ਰੱਬ ਲੈ ਕੇ ਹੀ ਅੰਦਰ ਫਿਰਦਾ ਪਿਆ ਕਾਬੇ ਬੁੱਤ ਖਾਨੇ ਮੇਂ ਓਂਕਾਰ ਮੈਂ ਭਲਾ ਕਿਉਂ ਜਾਊਂ ਸੁਰਿੰਦਰ ਸ਼ਾਹ ਜੀ ਆਪ ਕਿਆ ਕੰਮ ਹੋ ਇਸ ਦਿਲ ਮੇਂ ਬੰਦਗੀ ਕੇ ਲੀਏ ਜ਼ਮੀਨ
ਪੀਰ ਮੀਰਾ ਭਰੀ ਹੋਈ ਤੀਲਾ ਦੀ ਉਹ ਮੀਰਾ ਸਾਡਾ ਜੱਜ ਲੱਗਿਆ ਜਰ ਦੋਵੇਂ ਹੱਥ ਉੱਚ ਚੱਕ ਕੇ ਤਾੜੀ ਦੇ ਨਾਲ ਉਹ ਪੀਰ ਸਾਡਾ ਜੱਜ ਲੱਗਿਆ ਉਹ ਸਾਨੂੰ ਲੋੜ ਨੀ ਵਕੀਲਾ ਫੋਟੋ ਦਿਲ ਵਿੱਚ ਚੜੀ ਹੋਈ ਏ ਮੇਰੀ ਸਾਡੀ ਕਿਤਾਬ ਜੂ ਬਾਲਾ ਦਿਸ਼ਾਂ ਦੇ ਫੜੀ ਹੋਈ ਪ੍ਰੇਮੀਓ ਇਹ ਸਭ ਨਾਲੋਂ ਬੜੀ ਬਾਤ ਹੈ ਜਿਹਦੇ ਦਿਲ ਵਿੱਚ ਫੋਟੋ ਜੜ ਹੋ ਜਾਵੇ ਉਹਦੀ ਬੇੜੀ ਅੜੇ ਨਹੀਂ ਸਕਦੀ ਜਿਹਦੇ ਆਪਣੇ ਪੀਰ ਦੀ ਦਿਲ ਵਿੱਚ ਫੋਟੋ ਜੜ ਹੋ ਗਈ ਜਰਾ ਦੋਏ ਹੱਥ ਖੜੇ ਕਰਕੇ ਕਹਿਣਾ ਫੋਟੋ ਦਿਲ ਵਿੱਚ ਚੜੀ ਹੋਈ ਫੋਟੋ ਦਿਲ ਵਿੱਚ ਚੜੀ ਹੋਈ ਬੇੜੀ ਸਾਡੀ ਕਿਦਾਂ ਜੂ ਬੇੜੀ ਸਾਡੀ ਕਿਦਾਂ ਜੂ ਬੇੜੀ ਸਾਡੀ ਕਿਦਾਂ ਜੂ ਬੇੜੀ ਸਾਡੀ ਕਿਦਾਂ ਜੂ ਬਾਸ਼ੇਰ ਸ਼ਾਨ ਫੜੀ ਹੋਈ ਮੇਰੀ ਸਾਡੀ ਕਿਦਾਂ ਜੂ ਬਾਸ਼ੇਰ ਸ਼ਾਨ ਫੜੀ ਹੋਈ ਮੇਰੀ ਸਾਡੀ ਕਿਦਾਂ ਜੂ ਬਾਸ਼ੇਰ ਸ਼ਾਨ ਫੜੀ ਹੋਈ ਮੇਰੀ ਸਾਡੀ ਕਿਦਾਂ ਜੂ ਬਾਸ਼ੇਰ ਸ਼ਾਨ ਫੜੀ ਹੋਈ ਅਰਸ਼ਾਂ ਦੇ ਤਾਰੇ ਆ ਅਰਸ਼ਾਂ ਦੇ ਤਾਰੇ ਓਹੋ ਸੋਚ ਕੇ ਲੜੀ ਸਾਡੇ ਨਾਲ ਜਰਾ ਸੋਚ ਕੇ ਲੜੀ
ਉਹ ਬਾਗੜ ਵਾਲੇ ਦੇ ਪਿਆਰੇ ਸਾਡੇ ਨਾਲ ਸੋਚ ਕੇ ਲੜੀ ਬਾਗੜ ਵਾਲੇ ਦੇ ਪਿਆਰੇ ਸਾਡੇ ਨਾਲ ਸੋਚ ਕੇ ਲੜੀ ਬਾਗੜ ਵਾਲੇ ਦੇ ਪਿਆਰੇ ਸਾਡੇ ਨਾਲ ਸੋਚ ਕੇ ਲੜੀ ਬਾਗੜ ਵਾਲੇ ਦੇ ਪਿਆਰੇ ਜੇ ਫਕਰ ਦੇ ਹਾਲ ਨੂੰ ਛੇੜੀਏ ਨਾ ਜੇ ਫਕਰ ਦੇ ਹਾਲ ਨੂੰ ਛੇੜੀਏ ਨਾ ਭਾਵੇਂ ਹਾਲੋਂ ਸਮਝੀਏ ਇਹਦੇ ਕੁਛ ਕੋਲ ਹੈ ਨਹੀਂ ਇਹ ਨਾ ਸਮਝੀਏ ਇਹਦੇ ਕੁਛ ਕੋਲ ਹੈ ਨਹੀਂ ਸ਼ਾਇਦ ਪਿਛਲਾ ਕੋਈ ਨਿਹਾਲ ਹੋਵੇ ਸ਼ਾਇਦ ਪਿਛਲਾ ਕੋਈ ਨਿਹਾਲ ਹੋਵੇ ਤੇਗ ਫਕਰ ਦੀ ਹਾਰੀ ਹੋਈ ਨਹੀਂ ਮਿਟਦੀ ਤੇਗ ਫਕਰ ਦੀ ਹਾਰੀ ਹੋਈ ਨਹੀਂ ਮਿਟਦੀ ਨਾ ਕੋਈ ਉਸਦੇ ਅੱਗੇ ਢਾਲ ਹੋਵੇ ਗੋਦੜੀ ਨੂੰ ਸਾਲਾ ਕੋ ਇਸ ਗੋਦੜੀ ਨੂੰ ਸ਼ਾਇਦ ਗੋਦੜੀ ਦੇ ਵਿੱਚ ਲਾਲ ਹੋਵੇ ਸਾਡੇ ਨਾਲ ਸੋਚ ਕੇ ਲੜੀ 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 ਉਹ ਨੀਲੇ ਵਾਲੇ ਦੇ ਪਿਆਰੇ ਸਾਡੇ ਨਾਲ ਸੋਚ ਕੇ ਲੜੀ ਕਲੀ ਵਾਲੇ ਦੇ ਪਿਆਰੇ ਸਾਡੇ ਨਾਲ ਸੋਚ ਕੇ ਲੜੀ ਲੋੜ ਚੰਨ ਦੀ ਨਾ ਤਾਰਿਆਂ ਦੀ ਉਹ ਜਿੱਥੇ ਸਾਡਾ ਪੀਰ ਖੜ ਜੇ ਬਾਬਾ ਜੀ ਉਹਨੂੰ ਜ਼ਾਹਰ ਪੀਰ ਕਹਿੰਦੇ ਨੇ ਜ਼ਾਹਰ ਉਹ ਹੁੰਦਾ ਜਿਹੜਾ ਹਰ ਜਗ੍ਹਾ ਹੋਵੇ ਇੱਕ ਵਾਰੀ ਪੁੱਛ ਕੇ ਕੋਈ ਕਹਿ ਦੇਵੇ ਨਾ ਕਿ ਹਾਂ ਵੀ ਕੌਣ ਗੁੱਗਾ ਜ਼ਹਿਰ ਪੀਰ ਉਸੇ ਵੇਲੇ ਦੱਸ ਦਿੰਦੇ ਨੇ ਕਿ ਮੈਂ ਜ਼ਹਿਰ ਪੀਰ ਹਾਂ ਲੋੜ ਚੰਨ ਦੀ ਨਾ ਤਾਰਿਆਂ ਦੀ ਉਹ ਜਿੱਥੇ ਨੀਲਾ ਵਾਲਾ ਖੜ ਜੇ ਕਾਲਾ ਪੀਲਾ ਨੀਲਾ ਜਿਹੜਾ ਮਰਜ਼ੀ ਇਲਮ ਹੋਵੇ ਉਹ ਮੰਜੀ ਠੋਕ ਦਿੰਦਾ ਸਾਰਿਆਂ ਚੱਲ ਰਿਹਾ ਵੀ ਜਿਹੜੇ ਸੋਹਣੇ ਸੁਨੱਖੇ ਲੋਕ ਨੇ ਉਹਨਾਂ ਦੀ ਕਦਰ ਦੁਨੀਆ ਕਰਦੀ ਹੈ ਪਰ ਰੱਬ ਦੇ ਘਰ ਵਿੱਚ ਹੁਸਨ ਦੀ ਕਦਰ ਕੋਈ ਨਹੀਂ ਜੇ ਹੁਸਨ ਦੀ ਕਦਰ ਹੋਵੇ ਬਿਲਾਲ ਵਰਗਿਆਂ ਨੂੰ ਆਪਣੇ ਯਾਰ ਨਾ ਬਣਾਉਂਦਾ ਹਜ਼ਰਤ ਬਿਲਾਲ ਜਿਹੜੇ ਕਾਲੇ ਸਨ ਹਬਸ਼ ਮੁਲਕ ਦੇ ਸਨ ਉਹਨਾਂ ਨੂੰ ਯਾਰ ਨਾ ਬਣਾਉਂਦਾ ਜੇ ਹੁਸਨ ਦੀ ਕਦਰ ਹੁੰਦੀ ਤੇ ਭੀੜਣੀ ਦੇ ਬੇਰ ਨਾ ਖਾਂਦਾ ਤੇ ਇਸੇ ਕਰਕੇ ਕਿਹਾ
ਕਿ ਘਰ ਰੱਬ ਦੇ ਵਿੱਚ ਉਹ ਕੁਝ ਵੀ ਨਹੀਂ, ਭਾਵੇਂ ਸ਼ਕਲੋਂ ਸੂਰ ਤੋਂ ਚੰਨ ਹੋਵੇ, ਉਹ ਕੌਡੀ ਮੁੱਲ ਨਹੀਂ ਉਹਦਾ ਘਰ ਰੱਬ ਦੇ। ਭਾਵੇਂ ਕਿੱਡਾ ਕੋਈ ਦੌਲਤ ਮੰਦ ਹੋਵੇ, ਜਿੰਨਾ ਮਰਜ਼ੀ ਅਮੀਰ ਬੰਦਾ ਹੋਵੇ, ਉਹਦੀ ਅਮੀਰਤਾਈ ਦੀ ਰੱਬ ਦੇ ਘਰ ਵਿੱਚ ਕੋਈ ਕਦਰ ਨਹੀਂ। ਫਿਰ ਕੱਲੇ ਇਲਮ ਨਾਲ ਰਾਜ਼ੀ ਨਹੀਂ ਉਹ ਰੱਬ ਹੁੰਦਾ। ਪਾਸ ਕੀਤਾ ਭਾਵੇਂ ਦਿਓ ਬੰਦ ਹੋਵੇ, ਐਰ ਫਿਕਾ ਰੱਬ ਉਹਨੂੰ ਹੀ ਪਸੰਦ ਕਰਦਾ ਜਿਹੜਾ ਗੌਸ ਮੀਰਾ ਨੂੰ ਪਸੰਦ ਹੋਵੇ। ਐਵੇਂ ਨੀ ਦੁਨੀਆ ਕਹਿੰਦੀ ਮੀਰਾ ਦਾ ਪੀਰ ਮੀਰਾ, ਸਾਰੀ ਖੁਦਾਈ ਦੇਖੀ ਤੇਰੀ ਜਾਬੀਰ ਮੀਰਾ, ਤਾਕਤ ਕਿਸੇ ਨੂੰ ਜ਼ਰਾ ਇਨਕਾਰ ਦੀ ਨਹੀਂ, ਤਾਕਤ ਕਿਸੇ ਨੂੰ ਜ਼ਰਾ ਇਨਕਾਰ ਦੀ ਨਹੀਂ। ਸਾਉ ਰੱਬ ਦੀ ਬਲੀ ਨਹੀਂ ਹੋ ਸਕਦਾ, ਰੱਬ ਦੀ ਬਲੀ ਨਹੀਂ ਹੋ ਸਕਦਾ, ਸਾਉ ਰੱਬ ਦੀ ਬਲੀ ਨਹੀਂ ਹੋ ਸਕਦਾ, ਜੇਕਰ ਰੱਬ ਦੀ ਮੋਰ ਸਰਕਾਰ ਦੀ ਨਹੀਂ। ਐਵੇਂ ਨਹੀਂ ਦੁਨੀਆ ਕਹਦੀ ਮੀਰਾ ਹਾਰੀ ਖੁਦਾਈ ਕਹਦੀ ਤੇਰੀ ਜ਼ਮੀਨ, ਐਵੇਂ ਨਹੀਂ ਦੁਨੀਆ ਕਹਦੀ ਮੇਰੇ ਬਾਗੜ ਵਾਲਿਆ ਤੇਰੇ ਨੇੜੇ ਨੇੜੇ ਹੋ, ਮੇਰੇ ਲਾਲਾ ਵਾਲਿਆ ਤੇਰੇ ਨੇੜੇ ਨੇੜੇ ਹੋ, ਜਰਾ ਦੋਵੇਂ ਹੱਥ ਉੱਚੇ ਚੱਕ ਕੇ ਤਾੜੀ ਦੇ ਨਾਲ, ਮੇਰੇ ਨੀਲੇ ਵਾਲਿਆ ਤੇਰੇ ਨੇੜੇ ਨੇੜੇ ਹੋ, ਬਗਦਾਦ ਵਾਲਿਆ ਕਮਲੀ ਵਾਲਿਆ ਰਣੇ ਰਣੇ ਹੋ, ਮੇਰੇ ਪੀਰ ਜੀ ਮੇਰੇ ਸਾਈਂ ਜੀ ਮੇਰੇ ਲਾਡੀ ਸ਼ਾਹ ਸਰਦਾਰ, ਮੇਰੇ ਲਾਡੀ ਸ਼ਾਹ ਸਰਦਾਰ, ਮੁਰਾਦ ਸ਼ਾਹ ਸਰਕਾਰ, ਮੁਰਾਦ ਸ਼ਾਹ ਸਰਕਾਰ, ਮੁਰਾਦ ਸ਼ਾਹ ਸਰਕਾਰ, ਮੁਰਾਦ ਸ਼ਾਹ ਸਰਕਾਰ, ਅਸੀਂ ਮਹਿਫਿਲ ਸਜਾਈ ਤੇਰੇ ਪਿਆਰ ਬਦਲੇ, ਮੇਰੇ ਸਾਈ ਦੇ ਚੁਫੇਰੇ ਗੁਲਾਮਾਂ ਦੀਆਂ ਟੋਲੀਆਂ,
ਕਰਨ ਵਾਲੇ ਦੇ ਚੁਪੇ ਰਹਿ। ਇੱਕ ਦੁਨੀਆ ਦੇ ਵਿੱਚ ਬਹੁਤ ਬੜਾ ਸੁਭਾਅ ਦੁਨੀਆ ਦਾ ਕਿ ਜਦੋਂ ਕੋਈ ਪੀਰ ਫਕੀਰ ਇਸ ਦੁਨੀਆ ਤੋਂ ਚਲੇ ਜਾਂਦਾ ਉਸ ਵੇਲੇ ਬਹੁਤ ਸਾਰੇ ਲੋਕ ਬਹੁਤ ਮਾਨਤਾ ਕਰਦੇ ਨੇ, ਪਰ ਪ੍ਰੇਮੀਓ ਜਿਹੜਾ ਸਾਹਮਣੇ ਹਾਜ਼ਰ ਬੈਠਾ ਹੋਵੇ ਨਾ ਉਹਦੇ ਜਿੰਨੇ ਰੱਜ ਕੇ ਦਰਸ਼ਨ ਕਰ ਲਓ ਉਹ ਥੋੜ੍ਹੇ ਨੇ, ਕਿਉਂਕਿ ਅਸੀਂ ਲਾਡੀ ਸ਼ਾਹ ਸਰਕਾਰ ਦੇ ਬਹੁਤ ਦੀਦਾਰ ਕੀਤੇ ਨੇ। ਅਤੇ ਕਿਹਾ ਜਾ ਰਿਹਾ ਹੈ ਇੱਕ ਸੁਥਰਾ ਫਕੀਰ ਜੀ ਕਹਿ ਰਹੇ ਨੇ, ਪਤਾ ਕੀ ਕਹਿੰਦੇ ਨੇ, ਉਹ ਮੋਇਆਂ ਦੇ ਨਾਲ ਦੋਸਤੀ ਜਿਉਂਦਿਆਂ ਦੇ ਨਾਲ ਬੈਰ, ਐਨੀ ਗੱਲੀ ਸੁਥਰਿਆ ਦੱਸ ਕਿੱਥੇ ਹੋਣੀ ਖੈਰ। ਮੋਇਆਂ ਦੇ ਨਾਲ ਦੋਸਤੀ ਜਿਉਂਦਿਆਂ ਦੇ ਨਾਲ ਬੈਰ, ਐਨੀ ਗੱਲੀ ਸੁਥਰਿਆ ਦੱਸ ਕਿੱਥੇ ਹੋਣੀ ਖੈਰ। ਸੁਰਿੰਦਰ ਸ਼ਾਹ ਦੇ ਚੁਫੇਰੇ ਗੁਲਾਮਾਂ ਦੀਆਂ ਟੋਲੀਆਂ ਮੇਰੇ ਸਾਈਂ ਦੇ ਚੁਫੇਰੇ ਗੁਲਾਮਾਂ ਦੀਆਂ ਟੋਲੀਆਂ ਗੁਲਾਮਾਂ ਦੀਆਂ ਟੋਲੀਆਂ ਦੇਣ ਵਾਲਾ ਇੱਕ ਭਰੇ ਲੱਖਾਂ ਦੀਆਂ ਚੋਲੀਆਂ ਕੱਪਦਿਆਂ ਪੱਥਰਾਂ ਨੇ ਸਾਰਾ ਦਿਲ ਲਾ ਲਿਆ ਸਾਰਾ ਦਿਲ ਲਾ ਲਿਆ। ਬਾਬਾ ਜੀ ਫਕੀਰੀ ਬੜੀ ਔਖੀ ਆ, ਲੋਕੀ ਪਾਗਲ ਕਮਲਾ ਚੱਲਾ ਸਦਾਈ ਪਤਾ ਨੀ ਕੀ ਕੀ ਨਾਮ ਰੱਖ ਦਿੰਦੇ ਨੇ, ਪਰ ਜਿਹੜਾ ਫਕੀਰੀ ਚ ਆ ਗਿਆ ਪਾਗਲ, ਜਿਹੜਾ ਕੋਈ ਗੱਲ ਪਾ ਗਿਆ ਉਹਨੂੰ ਕਹਿੰਦੇ ਨੇ ਪਾਗਲ ਕਮਲਾ, ਜਿਹੜਾ ਫਿਰ ਕਮਾਲ ਦਾ ਹੀ ਹੋ ਗਿਆ, ਚੱਲਾ ਜਿਹੜਾ ਆਪਣੇ ਮੁਰਸ਼ਦ ਦੀ ਗੱਲ ਚੱਲ ਗਿਆ, ਸਦਾਈ ਜਿਹਨੂੰ ਸੌ ਦਾਹ ਦੇ ਹੋਏ, ਤਪਦਿਆਂ ਪੱਥਰਾਂ ਨੇ ਸਾਰਾ ਦਿਲ ਲਾ ਲਿਆ। ਹੈ ਕਮਲੀ ਵਾਲੀ ਸਰਕਾਰ, ਅਮੀਰਾ ਗੋਸਿਆਂ ਸਰਕਾਰ, ਜੋ ਤੇਰੇ ਲਾੜੀ ਲੱਗੀਆਂ ਉਹ ਕਿਤੇ ਵੀ ਨਾ ਡੋਲੀਆਂ, ਭਰੇ ਲੱਖਾਂ ਦੀਆਂ ਝੋਲੀਆਂ, ਇਸੇ ਕਰਕੇ ਕਿਹਾ ਜਾਂਦਾ ਹੈ ਮੇਰਾ ਪੀਰ ਤੇ ਬਣਦਾ ਹਰ ਵੇਲੇ, ਮੇਰਾ ਪੀਰ ਤੇ ਬਣਦਾ ਹਰ ਵੇਲੇ, ਪੀਰ ਤੇ ਬਣਦਾ ਹਰ ਵੇਲੇ, ਤੈਨੂੰ ਮੰਗਣਾ ਨਾ ਆਵੇ ਤੇ ਮੈਂ ਕੀ ਕਰਾਂ, ਕਿਉਂਕਿ ਹੁਣ ਜਿਹੜਾ ਟਾਈਮ ਆ ਇਸ ਵੇਲੇ ਮੰਗ ਲਓ, ਇਸ ਵੇਲੇ ਵੀ ਦਰਵਾਜ਼ੇ ਖੁੱਲ੍ਹੇ ਨੇ, ਦਿਨ ਦੇ 12 ਵਜੇ 10 ਵਜੇ 9 ਵਜੇ ਜਦੋਂ ਮਰਜ਼ੀ ਮੰਗ ਲਓ, ਪਰ ਜੇ ਤੁਸੀਂ ਕਿਸੇ ਹੋਰ ਦੇ ਘਰ ਗਏ ਨਾ ਬੇਟਾਈਮੇ ਚਲੇ ਗਏ, ਕੋਈ ਕੋਈ ਹੁੰਦੇ ਆ ਪ੍ਰੇਮੀ
ਜਿਹੜੇ ਬੇਟੈਮੇ ਮੱਥੇ ਵੱਟ ਨਹੀਂ ਪਾਉਂਦੇ, ਨਹੀਂ ਤਾਂ ਦਰਵਾਜ਼ੇ ਨਹੀਂ ਖੋਲਦੇ, ਪਰ ਇਹ ਸਰਕਾਰ ਦੇ ਦਰਵਾਜ਼ੇ ਖੁੱਲੇ ਨੇ। ਇਸੇ ਕਰਕੇ ਕਿਹਾ ਮੇਰਾ ਪੀਰ ਤੇ ਬੰਨਦਾ ਹਰ ਵੇਲੇ, ਮੇਰਾ ਪੀਰ ਤੇ ਬੰਨਦਾ ਹਰ ਵੇਲੇ, ਉਹ ਤੈਨੂੰ ਮੰਗਲਾ ਨਾ ਆਵੇ ਤੇ ਮੈਂ ਕੀ ਕਰਾਂ, ਤੈਨੂੰ ਮੰਗਲਾ ਨਾ ਆਵੇ ਤੇ ਮੈਂ ਕੀ ਕਰਾਂ, ਤੈਨੂੰ ਮੰਗਲਾ ਨਾ ਆਵੇ ਤੇ ਮੈਂ ਕੀ ਕਰਾਂ, ਤਾਰ ਛੱਡ ਕੇ ਕਾਮਲ ਮੁਰਸ਼ਦ ਦਾ, ਛੱਡ ਕੇ ਕਾਮਲ ਮੁਰਸ਼ਦ ਦਾ, ਤਾਰ ਛੱਡ ਕੇ ਕਾਮਲ ਮੁਰਸ਼ਦ ਦਾ, ਤਾਰ ਖੈਰਾਂ ਤੇ ਜਾਵੇ ਤੇ ਮੈਂ ਕੀ ਕਰਾਂ, ਉਹ ਦੇਣ ਵਾਲਾ ਇੱਕ ਭਰੇ ਲੱਖਾਂ ਦੀਆਂ ਚੋਰੀਆਂ, ਪਿਆ ਜਦੂ ਰੱਖੇ ਉਹ ਕਰ ਵਸਦੀ, ਸਾਧ ਸੰਗਤ ਜੀ ਹਰ ਚੂੜਾ ਪਾਈ ਹੋਈ ਕੁੜੀ ਸੁਹਾਗਣ ਨਹੀਂ ਹੁੰਦੀ, ਕੇਵਲ ਸ਼ੌਕ ਨਾਲ ਵੀ ਪਾ ਲੈਂਦੀਆਂ ਨੇ, ਤੇ ਜਿਹਨੇ ਚੂੜਾ ਨਹੀਂ ਪਾਇਆ ਇਹਦਾ ਮਤਲਬ ਇਹ ਵੀ ਨਹੀਂ ਕਿ ਉਹਦੇ ਮਗਰ ਉਹਦਾ ਖਸਮ ਖੜਾ ਨਾ ਹੋਵੇ, ਗੱਲ ਚੂੜੇ ਦੀ ਨਹੀਂ ਹੈਗੀ, ਗੱਲ ਦੁਨੀਆ ਦੀ ਗੱਲ ਨਹੀਂ, ਇਹ ਫਕੀਰੀ ਦੀ ਗੱਲ ਹੈ। ਕਿਉਂਕਿ ਬਹੁਤ ਸਾਰੇ ਸਾਈਂ ਲੋਕ ਆਪੇ ਬਣਨਾ ਚਾਹੁੰਦੇ ਨੇ, ਤੇ ਕਿਉਂਕਿ ਸੌਖਾ ਕੰਮ ਹੈ ਸਾਈਂ ਬਣਨ ਵਾਸਤੇ, ਹਜੇ ਆਧਾਰ ਕਾਰਡ ਬਣਾਉਣਾ ਹੋਵੇ ਕਿੰਨੇ ਪਰੂਫ ਲੱਗਦੇ ਨੇ, ਪਰ ਜੇ ਸਾਈਂ ਬਣਨਾ ਹੋਵੇ ਜਦ ਮਰਜ਼ੀ ਕੱਪੜੇ ਪਾ ਲਵੇ, ਪਰ ਇੱਦਾਂ ਨਹੀਂ ਬਣਦਾ। ਇੱਕ ਸ਼ਹਿਰ ਨੇ ਕਿਹਾ ਭੀੜੀ ਡਾ ਦੇਈਏ ਉਹ ਮੇਜ ਕਦੇ ਨਹੀਂ ਹੋ ਸਕਦਾ, ਨਹੀਂ ਬਣਦਾ। ਇਹ ਸਭ ਨੇ ਸੁਰਿੰਦਰ ਸਾਈਂ ਨਹੀਂ ਬਣ ਜਾਣਾ, ਮੰਜੇ ਤੇ ਭੀੜੀ ਡਾ ਦੇਈਏ ਉਹ ਮੇਜ ਕਦੇ ਨਹੀਂ ਹੋ ਸਕਦਾ, ਰੇਤੇ ਤੇ ਚੱਦਰ ਪਾ ਦੇਈਏ ਉਹ ਸੇਜ ਕਦੇ ਨਹੀਂ ਹੋ ਸਕਦਾ, ਜੇ ਮਾਨੇ ਸ਼ਮਸ਼ ਨਾ ਰੱਖਿਆ ਤਬਰੇਜ਼ ਕਦੇ ਨਹੀਂ ਹੋ ਸਕਦਾ, ਕਾਲੇ ਦੇ ਪਾਊਡਰ ਲਾ ਦੇਈਏ ਅੰਗਰੇਜ਼ ਕਦੇ ਨਹੀਂ ਹੋ ਸਕਦਾ, ਉਹ ਪੀਆ ਜਿਹਨੂੰ ਰੱਖੇ ਉਹ ਘਰ ਵਸਦੀ, ਪੀਆ ਨੂੰ ਸੋਹਣੀ ਲੱਗੇ ਦੁਨੀਆ ਕਵੇ ਵੀ ਇਹ ਕਾਲੀ ਹੈ ਇਹ ਕੋਝੀ ਹੈ ਕੁਛ ਨਹੀਂ, ਪਰ ਜਦ ਉਹਦੇ ਪੀਆ ਨੂੰ ਖਰੀ ਲੱਗਦੀ ਹੈ ਦੁਨੀਆ ਦੇ ਵਿੱਚ, ਜਿਹੜਾ ਉਹਨੂੰ ਸੋਹਣਾ ਲੱਗ ਗਿਆ ਬਸ ਉਹਦੇ ਉੱਤੇ ਕਿਰਪਾ ਹੋਣੀ ਹੈ। ਦੁਨੀਆ ਜਿੰਨੀ ਮਰਜ਼ੀ ਸੋਹਣੀ ਬਣ ਕੇ ਬੈਠੇ, ਇਹ ਬੋਲ ਇਹ ਹੈ ਕਿ ਪੀਆ ਜਿਹਨੂੰ ਰੱਖੇ ਉਹ ਘਰ ਵਸਦੀ, ਉਹ ਸਜੀਆਂ ਨੇ ਉਂਝ ਤੇ ਹਜ਼ਾਰਾਂ ਦੀਆਂ ਡੋਲੀਆਂ, ਇੱਦਾਂ ਦੇ ਵੀ ਮਹਾਂਪੁਰਖ ਨੇ ਦੁਨੀਆ 'ਤੇ ਜਿਹੜੇ ਆਪਣੇ ਆਸਣ ਨੂੰ ਹੱਥ ਨਹੀਂ ਲਾਣ ਦਿੰਦੇ, ਕੋਲ 'ਤੇ ਕੀ ਬਿਠਾਉਣਾ ਉਹ ਪੈਰੀਂ ਹੱਥ ਵੀ ਨਹੀਂ ਲਾਣ ਦਿੰਦੇ, ਅਤੇ ਆਪਣੇ ਆਸਣ 'ਤੇ ਤਾਂ ਕੀ ਬਿਠਾਉਣਾ। ਅਤੇ ਇਸ ਕਰਕੇ ਕਿਹਾ ਕਿ ਸਾਰਾ ਜੱਗ ਮੋਹ ਲਿਆ ਸੁਰਿੰਦਰ ਸ਼ਾਹ ਦੇ ਪਿਆਰ ਨੇ,
ਉਹ ਜੋ ਵੀ ਮੇਰੇ ਹੋਈਆਂ ਉਹ ਬਣ ਗਈਆਂ ਗੋਲੀਆਂ ਬੇਟੇ ਦੀ ਅਤੇ 3 ਜੁਲਾਈ ਨੂੰ ਮੇਰੇ ਵਾਈਫ ਦੇ ਬੇਟਾ ਹੋਇਆ ਅਤੇ ਸਾਈਂ ਜੀ ਤੋਂ ਨਾਂ ਲਿਖਵਾਉਣ ਆਇਆ ਸੀਗਾ ਬੇਟੇ ਦਾ। ਬਥੇਰੇ ਦੁਨੀਆ ਕੋਈ ਕੁਛ ਕਹਿੰਦੀ ਕੋਈ ਕੁਛ ਕਹਿੰਦਾ, ਇਹ ਜਿਨ੍ਹਾਂ ਦੇ ਦਿਲ ਨੂੰ ਲੱਗੀ ਹੈ ਉਹਨਾਂ ਨੂੰ ਪਤਾ ਵੀ ਕੀ ਗੱਲ ਹੈ, ਦੁਨੀਆ ਦਾ ਕੀ ਹੈ। ਦੁਨੀਆ ਤਾਂ ਕਿਸੇ ਨੂੰ ਕਦੇ ਬਖਸ਼ਿਆ ਹੀ ਨਹੀਂ, ਦੁਨੀਆ ਨੇ ਕੋਈ ਨਹੀਂ ਛੱਡਿਆ। ਦੁਨੀਆ ਇਹ ਦੁਨੀਆ ਇੱਦਾਂ ਦੀ ਹੈ, ਇਹਨੇ ਕਦੀ ਕਿਸੇ ਨੂੰ ਛੱਡਿਆ ਹੀ ਨਹੀਂ। ਇਹਨੇ ਜੋ ਕਹਿਣਾ ਉਹਨੇ ਕਹਿਤਾ, ਭਾਵੇਂ ਕੋਈ ਹੈ। ਦਿਲ ਦਾ ਓਂਕਾਰ ਇੱਕ ਵਾਰ ਤਾੜੀਆਂ ਹੋਣੀਆਂ ਚਾਹੀਦੀਆਂ। ਨਾਮ ਲਿਖਿਆ ਸਰਕਾਰ ਨੇ ਗੁਰ ਇੱਕ, ਗੁਰ ਇੱਕ, ਇੱਕੋ ਹੀ ਗੋਰਾ। ਇਸੇ ਕਰਕੇ ਕਿਹਾ ਕਿ ਗੁਰ ਮੰਨੇ ਆਵਾਜ਼ ਨਹੀਂ ਰੱਬ ਮੰਨਦਾ, ਉਹ ਗੁਰ ਮੰਨੇ ਆਵਾਜ਼ ਨਹੀਂ ਰੱਬ ਮੰਨਦਾ, ਜਿਹਦਾ ਗੁਰ ਮੰਨਿਆ ਉਹਦਾ ਰੱਬ ਮੰਨਿਆ। ਬੇਸੁਰੇ ਰਹਿ ਗਏ ਜਿਨ੍ਹਾਂ ਨਹੀਂ ਮੰਨਿਆ, ਬੇਸੁਰੇ ਰਹਿ ਗਏ ਜਿਨ੍ਹਾਂ ਨਹੀਂ ਮੰਨਿਆ, ਉਹ ਸੁਰ ਹੋ ਗਏ ਜਿਨ੍ਹਾਂ ਸੁਰ ਮੰਨਿਆ, ਉਹ ਰਹੇ ਖਾਲੀ ਜਿਨ੍ਹਾਂ ਨਹੀਂ ਮੰਨਿਆ, ਉਹ ਰਹੇ ਖਾਲੀ ਜਿਨ੍ਹਾਂ ਨਹੀਂ ਮੰਨਿਆ, ਉਹ ਪੁਰ ਹੋ ਗਏ ਜਿਨ੍ਹਾਂ ਪੁਰ ਮੰਨਿਆ। ਇੰਜ ਹੱਕ ਹੈ ਪੀਰ ਨੂੰ ਮੰਨਣ ਦਾ, ਜਿਵੇਂ ਮੌਲਾ ਹੁਸੈਨ ਨੂੰ ਹੁਰ ਮੰਨਿਆ। ਦਿਲ ਦਾ ਓਂਕਾਰ ਹਾਲ ਲੱਗੀ ਵਾਲੇ ਜਾਣਦੇ, ਉਹ ਇਸ਼ਕ ਦੇ ਮਾਰਿਆ ਕਿਤਾਬਾਂ ਨਹੀਂ ਉਹ ਬੋਲੀਆਂ, ਬਹਾਰੋ ਫੂਲ ਬਰਸਾ ਮੇਰਾ ਮਹਿਬੂਬ ਆਇਆ ਹੈ, ਮੇਰਾ ਮਹਿਬੂਬ ਆਇਆ ਹੈ। ਸ਼ਾਮ ਆਇਆ ਮੇਰਾ ਮਹਿਬੂਬ।
ਹਵਾਓ ਰਾਗਨੀ ਗਾ ਮੇਰਾ ਕਮਲੀ ਵਾਲਾ ਆਇਆ ਹੈ, ਮੇਰਾ ਕਮਲੀ ਵਾਲਾ ਆਇਆ ਹੈ, ਜ਼ਰਾ ਤੁਮ ਦਿਲ ਕੋ ਬਹਿਲਾਓ ਮੇਰਾ ਕਮਲੀ ਵਾਲਾ ਆਇਆ ਮੇਰਾ ਮਹਿਬੂਬ ਕਿੱਥੋਂ ਸੋਹਣਾ ਤੇਰੇ ਨਾਲ ਦਾ ਸੋਹਣਾ ਤੇਰੇ ਨਾਲ ਦਾ ਦੁਨੀਆਂ ਤੇ ਆਇਆ ਕੋਈ ਤੇਰੀ ਨਾ ਮਿਸਾਲ ਦਾ ਦੁਨੀਆਂ ਤੇ ਆਇਆ ਕੋਈ ਤੇਰੀ ਨਾ ਮਿਸਾਲ ਦਾ ਇੱਕ ਵਾਰ ਜ਼ੋਰਦਾਰ ਤਾੜੀਆਂ ਮੇਰੇ ਸਾਈਂ ਦੇ ਨਾਮ ਤੇ ਹੋਣੀਆਂ ਚਾਹੀਦੀਆਂ ਵਾਜ ਵਾਜ ਮੋਲਾ ਅਲੀ ਵੋ ਹੈ ਸ਼ੇਰ ਏ
ਕਿਸਕੇ ਆਨੇ ਸੇ ਹੈ। ਫਿਰ ਮੈਂ ਕਿਉਂ ਨਾ ਕਵਾਂ, ਸੁਰਿੰਦਰ ਸ਼ਾਹ ਦਾ ਮੰਗਤਾ ਨਹੀਂ ਮਰਦਾ ਗਹਿਰਾ ਤੇ, ਸੁਰਿੰਦਰ ਸ਼ਾਹ ਦਾ ਮੰਗਤਾ ਬਾਪੂ ਨੂੰ ਮਨਾ ਲੈਣਾ ਸਿਰ ਰੱਖ ਕੇ ਪੈਰਾਂ ਤੇ, ਸਰਕਾਰ ਕਰੋ ਜੀ ਮੇਰੇ ਸਿਰ ਤੇ ਸ਼ਾਹ, ਉਹਨੇ ਕੀ ਡਰਨਾ ਏ ਦੁਨੀਆ ਦੇ ਜ਼ਹਿਰਾਂ ਤੇ, ਆਕਾ ਨੂੰ ਬਣਾ ਲੈਣਾ ਸਿਰ ਰੱਖ ਕੇ ਪੈਰਾਂ ਤੇ, ਧੱਕਾ ਮੁੱਕੀ ਨੀ ਕਰਨੀ ਕਿਸੇ ਨੇ ਵੀ। ਜੈ ਹੋ ਜੈ ਹੋ, ਠੀਕ ਹੈ ਜੀ।